ਕੁਛ ਮੁੰਡੇ ਗੁੱਡੀ ਢਾ ਰਹੇ ਸੀਗੇ ਫਿਰ ਕੀ ਕੀਤਾ ਉਧਰੋਂ ਆਪਣੇ ਗਲਤ ਇਸ਼ਾਰੇ ਕਰ ਰਹੇ ਸੀਗੇ ਅੱਗੋਂ ਪੁਲਸ ਵਾਲੇ ਹੁਣੇ 12 ਬੋਰ ਦੇ ਜਿਹੜੇ ਉਹ ਕਵਰਸ ਵੀ ਹੁੰਦੇ ਆ ਗੋਲੀਆਂ ਦੇ ਉਹ ਵੀ ਥੱਲੇ ਡਿੱਗੇ ਸਾਨੂੰ ਮਿਲੇ ਆ ਇਹਨਾਂ ਨੇ ਫਾਇਰਿੰਗ ਕੀਤੀ ਹੈ ਔਰ ਬਹੁਤ ਜ਼ਿਆਦਾ ਖੜਾਕ ਸੀਗਾ ਅੱਜ ਦਾ ਮਾਹੌਲ ਵੇਖੋ ਨਾ ਤਾਂ ਅੱਜ ਦਾ ਮਾਹੌਲ ਵੇਖਣਾ ਚਾਹੀਦਾ ਹੈ ਕਿ ਇੱਕ ਬੱਚੇ ਦੀ ਇੱਕ ਜਵਾਨ ਬੱਚੇ ਦੀ ਜਾਨ ਚਲੇਗੀ ਕਿੰਨੇ ਬਜ਼ੁਰਗਾਂ ਦੀ ਮੌਤ ਹੋ ਗਈ ਤੁਹਾਨੂੰ ਅੱਜ ਇਕੱਠੇ ਹੋ ਕੇ ਸਾਹਮਣੇ ਆਉਣਾ ਚਾਹੀਦਾ ਆ ਮਨਾ ਈਗੋ ਫੈਕਟਰ ਨਹੀਂ ਰੱਖਣਾ ਚਾਹੀਦਾ ਆਪਣੀ ਧੌਣ ਦੇ ਵਿੱਚ ਉਹ ਕਿੱਲਾ ਕੱਢਣਾ ਚਾਹੀਦਾ ਏ ਤੁਹਾਡਾ ਐਸਕੇਮ ਕੀ ਕਰ ਰਿਹਾ ਏ ਇਸ ਟਾਈਮ ਦੇ ਉੱਤੇ ਮੈਨੂੰ ਇਹੋ ਜੀ ਪ੍ਰਧਾਨਗੀ ਨਹੀਂ ਚਾਹੀਦੀ ਫਿਰ ਤੁਸੀਂ जाट महासभा ਚ ਕਰਕੇ ਦਿਓ ਮੈਂ ਅਸੀਫਾ ਦੇਣੀ ਹੈ ਤੁਹਾਡੇ ਸਾਹਮਣੇ ਮੈਨੂੰ ਨਹੀਂ ਲੋੜ जाट महासभा ਦੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਤੁਹਾਡੇ ਸਾਹਮਣੇ ਕਹਿ ਦੇਣਾ ਆ ਕਿ ਮੈਂ जाट महासभा ਦੀ ਪ੍ਰਧਾਨਗੀ ਤੋਂ ਅਸੀਫਾ ਦੇਨੀ ਆ ਮੈਂ ਇਹੋ ਜੀ ਪ੍ਰਧਾਨਗੀ ਨੂੰ ਕੀ ਕਰਨਾ ਮੇਰੇ ਨਾਲ ਜਿਹੜੇ जाट महासभा ਦੇ ਪ੍ਰਧਾਨ ਨੇ ਨੇ ਉਹਨਾਂ ਦੇ ਫਾਦਰ ਕਿਸਾਨਾਂ ਦੇ ਖਿਲਾਫ ਬੋਲ ਰਹੇ ਨੇ ਮੈਂ ਇਹ ਗੱਲਾਂ ਨਹੀਂ ਸਹਿਣ ਕਰ ਸਕਦੀ ਮਿਸਟਰ ਬਾਜਪਾ ਦੀ ਗੱਲ ਕਰਨ ਹਾਂ ਜਿਹੜੇ ਵੱਡੇ ਵੱਡੇ ਕਲਾਕਾਰ ਅਦਾਕਾਰ ਕਿ ਕਿੱਥੇ ਨੇ ਉਹ ਗਾਇਕ ਕਿੱਥੇ ਨੇ ਕੀ ਸੋਨੀਯਾ ਮਾਨ ਇਲੈਕਸ਼ਨ ਲੜਨ ਕੇ ਸਿੱਖੀ ਕਿਸਾਨ ਲੀਡਰ ਤਾਂ ਨਹੀਂ ਬੰਨਣਾ ਚਾਹੀਦਾ ਕਿਸਾਨੀ ਮੋਰਚਾ ਹੁਣ ਕਿਸ ਪਾਸੇ ਜਾਏਗਾ ਕਿ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਹੋਏਗਾ ਕੀ ਕਿਸਾਨਾਂ ਨੂੰ ਇਕੱਠੇ ਹੋਣਾ ਚਾਹੀਦਾ ਵਾ ਔਰ ਕਿਉਂ ਪੰਜਾਬ ਦੇ ਗਾਇਕ ਪੰਜਾਬ ਦੇ ਸਿੰਗਰ ਪੰਜਾਬ ਦੇ ਕਲਾਕਾਰ ਇਸ ਅੰਦੋਲਨ ਦੇ ਨਾਲ ਜੁੜ ਨਹੀਂ ਰਹੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਲਗਾਤਾਰ ਉੱਠ ਰਹੇ ਨੇ ਇਸ ਵਿਚਾਲੇ 21 ਤਰੀਕ ਨੂੰ ਜਦੋਂ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਖਨੋਰੀ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਉਸ ਵੇਲੇ ਇੱਕ ਵੀਡੀਓ ਵੀ ਸਾਹਮਣੇ ਆਂਦੀ ਹੈ ਸੋਨੀਆ ਮਾਨ ਹੋਰਾਂ ਦੀ ਸੋਨੀਆ ਮਾਨ ਉਸ ਦੇ ਵਿੱਚ ਜ਼ਖਮੀ ਵੀ ਹੁੰਦੇ ਨੇ ਅੱਜ ਸੋਨੀਆ ਮਾਨ ਹੋਰਾ ਦੇ ਨਾਲ ਗੱਲਬਾਤ ਕਰਦੇ ਹਾਂ ਕਿਸਾਨ ਅੰਦੋਲਨ ਦੇ ਬਾਰੇ ਸੋਨੀਆ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕਨੋਰੀ ਉਸ ਦਿਨ ਜੋ ਕੁਝ ਹੋਇਆ ਤੁਹਾਡੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੁਸੀਂ ਜ਼ਖਮੀ ਹੋ ਜਾਂਦੇ ਹੋ ਉਸ ਦਿਨ ਹੋਇਆ ਕੀ ਸੀਗਾ ਉਸ ਦਿਨ ਅਸੀਂ ਪੀਸਫੁਲੀ ਖੜੇ ਸੀਗੇ ਅੱਗੇ ਉਸ ਦਿਨ ਸਾਡੀ ਦਿੱਲੀ ਜਾਣ ਦੀ ਕਾਲ ਸੀਗੀ ਔਰ ਸਾਰੇ ਪੀਸਫੁਲ ਖੜੇ ਸੀਗੇ ਬਸ ਕੁਝ ਮੁੰਡੇ ਗੁੱਡੀ ਢਾ ਰਹੇ ਸੀਗੇ ਪਤੰਗ ਢਾ ਰਹੇ ਸੀ ਪਤੰਗ ਢਾ ਰਹੇ ਸੀਗੇ ਉਹ ਪੈਲੀ ਦੇ ਵਿੱਚ ਔਰ ਫਿਰ ਕੀ ਕੀਤਾ ਉਧਰੋਂ ਆਪਣੇ ਗਲਤ ਇਸ਼ਾਰੇ ਕਰ ਰਹੇ ਸੀਗੇ ਅੱਗੋਂ ਪੁਲਸ ਵਾਲੇ ਤੇ ਫਿਰ ਇਦਰੋਂ ਵੀ ਗੁੱਸਾ ਚੜਦਾ ਆ ਜਾਂ ਫਿਰ ਇਸ ਤਰੀਕੇ ਦੇ ਨਾਲ ਇਹਨਾਂ ਨੇ ਅੱਗੋਂ ਵੀ ਹੂਟਿੰਗ ਕੀਤੀ ਵੀ ਤੁਸੀਂ ਐਵੇਂ ਕਿਵੇਂ ਕਰ ਸਕਦੇ ਹੋ ਫਿਰ ਉਹਨਾਂ ਨੇ ਅੱਗੋਂ ਪਾਣੀ ਸੁੱਟਿਆ ਔਰ ਫਿਰ ਮੇਰੀ ਰਾਈਟ ਹੈਂਡ ਸਾਈਡ ਦੇ ਉੱਤੇ ਇੱਕ ਵੀਰ ਸੀਗਾ ਜਿਹਦਾ ਟਰੈਕਟਰ ਸੀਗਾ ਜਿੱਤੋਂ ਉਹਨੇ ਪਾਣੀ ਸੁੱਟਿਆ ਇਹਨਾਂ ਨੂੰ ਅੱਗੋਂ ਜਦ ਕਿ ਪਾਣੀ ਜਿਹੜਾ ਆ ਸਾਡਾ ਡਿਸਟੈਂਸ ਇੰਨਾ ਜ਼ਿਆਦਾ ਸੀਗਾ ਕਿ ਪਾਣੀ ਵਿੱਚ ਹੀ ਖਤਮ ਹੋ ਰਿਹਾ ਸੀਗਾ ਇੱਕ ਦੂਜੇ ਦੇ ਉੱਤੇ ਪੈ ਨਹੀਂ ਰਿਹਾ ਸੀ ਕਿਸਾਨਾਂ ਵੱਲੋਂ ਪਾਣੀ ਸੁੱਟਿਆ ਜਾ ਰਿਹਾ ਸੀ ਹਾਂ ਪਹਿਲੋਂ ਉਹਨਾਂ ਵੱਲੋਂ ਪਹਿਲੋਂ ਉਹਨਾਂ ਵੱਲੋਂ ਸੁੱਟਿਆ ਗਿਆ ਫਿਰ ਕਿਸਾਨਾਂ ਵੱਲੋਂ ਹਾਂ ਪਹਿਲੋਂ ਉਹਨਾਂ ਵੱਲੋਂ ਪਾਣੀ ਸੁੱਟਿਆ ਗਿਆ ਫਿਰ ਕਿਸਾਨਾਂ ਵੱਲੋਂ ਪਾਣੀ ਸੁੱਟਿਆ ਗਿਆ ਪਾਣੀ ਬਟ ਉੱਥੋਂ ਤੱਕ ਨਹੀਂ ਪਹੁੰਚ ਰਿਹਾ ਸੀ ਠੀਕ ਹੈ ਫਿਰ ਅਸੀਂ ਖੜੇ ਸੀਗੇ ਫਿਰ ਇਹਨਾਂ ਨੇ ਸ਼ੈਲਿੰਗ ਕਰਨੀ ਸ਼ੁਰੂ ਕਰ ਦਿੱਤੀ ਫਿਰ ਇਹਨਾਂ ਨੇ ਬੌਮ ਸੁੱਟਨੇ ਸ਼ੁਰੂ ਕਰ ਦਿੱਤੇ ਅਸੂ ਗੈਸ ਕੀ ਵਧਨ ਦੀ ਕੋਸ਼ਿਸ਼ ਕਰ ਰਹੀ ਸੀ ਨਹੀਂ ਪੀੜ ਬਿਲਕੁਲ ਸਬੂਤ ਹੈ ਅਸੀਂ ਦੇਖਿਆ ਕਿ ਕੁਝ ਮੁੰਡੇ ਜਿਹੜੇ ਨੇ ਜਿਹੜਾ ਕਿਹਾ ਜਾਂਦਾ ਨੌਜਵਾਨ ਨੇ ਉਹ ਕਿਤਨਾ ਕਿਤੇ ਅੱਗੇ ਵਧਨ ਦੀ ਕੋਸ਼ਿਸ਼ ਕਰਦੇ ਨਹੀਂ ਨਹੀਂ ਕੋਈ ਅੱਗੇ ਨਹੀਂ ਵਧਨ ਦੀ ਕੋਸ਼ਿਸ਼ ਕਰ ਰਹੇ ਸੀਗੇ ਅਸੀਂ ਪੀਸਫੁਲ ਖੜੇ ਸੀਗੇ ਔਰ ਇਹਨਾਂ ਨੇ ਸ਼ੈਲਿੰਗ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਪਿੱਛੇ ਨੂੰ ਭੱਜੇ ਫਿਰ ਇਹਨਾਂ ਨੇ ਡਰੋਨ ਦੇ ਥਰੂ ਵੀ ਆਸੋ ਗੈਸ ਦੇ ਗੋਲੇ ਹਾਂ ਜੋ ਗੈਸ ਦੇ ਗੋਲੇ ਛੱਡੇ ਹਾਂ ਔਰ ਉਸ ਦੇ ਥਰੂ ਇਹਨਾਂ ਨੇ ਫਾਇਰਿੰਗ ਵੀ ਕੀਤੀ ਪੈਲੇਟ ਗਨ ਸੀ ਗਿਆ ਹਾਂ ਇਹਨਾਂ ਨੇ ਫਾਇਰਿੰਗ ਕੀਤੀ ਜਿਹੜੇ ਉਹ ਉਹਨਾਂ ਦੇ ਜਿਹੜੇ ਹੁੰਦੇ ਨਾ 12 ਬੋਰ ਦੇ ਜਿਹੜੇ ਉਹ ਕਵਰਸ ਵੀ ਹੁੰਦੇ ਆ ਗੋਲੀਆਂ ਦੇ ਉਹ ਵੀ ਥੱਲੇ ਡਿੱਗੇ ਸਾਨੂੰ ਮਿਲੇ ਆ ਇਨਾਂ ਨੇ ਫਾਇਰਿੰਗ ਕੀਤੀ ਐ ਔਰ ਬਹੁਤ ਜ਼ਿਆਦਾ ਖੜਾਕ ਸੀਗਾ ਔਰ ਜਦੋਂ ਅਸੀਂ ਪਿੱਛੇ ਭੱਜ ਰਹੇ ਸੀਗੇ ਉਦੋਂ ਮਤਲਬ ਜਦੋਂ ਮੇਰੇ ਆਲੇ-ਦੁਆਲੇ ਡਿੱਗੇ ਉਹ ਧੂਆਂ ਜਿਹਾ ਹੋਇਆ ਉਹਦੇ ਨਾਲ ਸਭ ਤੋਂ ਪਹਿਲੋਂ ਤੇ ਸਾਡੀਆਂ ਅੱਖਾਂ ਮਚਣੀਆਂ ਸ਼ੁਰੂ ਹੋ ਗਈਆਂ ਜਿਵੇਂ ਮਿਰਚਾਂ ਮਾਈਆਂ ਹੁੰਦੀਆਂ ਆ ਮੇਰੀ ਸਕਿਨ ਮੈਨੂੰ ਨਹੀਂ ਪਤਾ ਸੀਗਾ ਕਿ ਮੂੰਹ ਖੋਲ ਕੇ ਸਾਹ ਨਹੀਂ ਲੈਣਾ ਮੂੰਹ ਖੋਲ ਕੇ ਸਾਹ ਲੈ ਆਤੇ ਉਹ ਸਾਹ ਆਣਾ ਬੰਦ ਹੋ ਗਿਆ ਮਤਲਬ ਸਾਹ ਨਹੀਂ ਆ ਰਿਹਾ ਸੀ ਕਿ ਹਜੇ ਵੀ ਮਤਲਬ ਮੈਂ ਜਿਆਦਾ ਦੇਰ ਤੱਕ ਗੱਲ ਕਰਾਂ ਤੇ ਮੈਨੂੰ ਸਾਹ ਜਾੜ ਜਾਂਦਾ ਆ ਮਤਲਬ ਇੰਨੀ ਅਫੈਕਟਿਵ ਤੇ ਜਰੀਲੀ ਗੈਸ ਆ ਉਹ ਮੇਰੇ ਨਾਲ ਬਜ਼ੁਰਗ ਸੀਗੇ ਜਿਹੜੇ ਅੱਗੇ ਖੜੇ ਸੀਗੇ ਉਹ ਮੇਰੇ ਨਾਲ ਆ ਰਹੇ ਸੀਗੇ ਤੇ ਉਹਨਾਂ ਦੇ ਪੈਰ ਦੇ ਵਿੱਚ ਆਸੂ ਗੈਸ ਦਾ ਗੋਲਾ ਡਿੱਗ ਗਿਆ ਔਰ ਉਹਨਾਂ ਨੇ ਪਰੇ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਪਜਾਮਾ ਸਾਰਾ ਫਟ ਗਿਆ ਚੱਪਲ ਉਹਨਾਂ ਦੀ ਉੱਡ ਗਈ ਉਹਦੇ ਜਿਹੜੇ ਸ਼ਿਰੇ ਆ ਮੇਰੇ ਪੈਰ ਤੇ ਵੀ ਲੱਗ ਗਏ ਬਟ ਉਸ ਟਾਈਮ ਦੇ ਉੱਤੇ ਮੈਨੂੰ ਸਮਝ ਨਹੀਂ ਲੱਗੀ ਵੀ ਇਹ ਮਤਲਬ ਮੇਰੇ ਪੈਰ ਤੇ ਵੀ ਸਾਟ ਲੱਗੀ ਐ ਮੈਨੂੰ ਸਾਹ ਹੀ ਨਹੀਂ ਆ ਰਿਹਾ ਸੀਗਾ ਮੇਰੀਆਂ ਅੱਖਾਂ ਮੱਚ ਰਹੀਆਂ ਸੀਗੀਆਂ ਮੈਂ ਪਾਣੀ ਅਸੀਂ ਲੱਭ ਰਹੇ ਸੀਗੇ ਕਿ ਪਾਣੀ ਲੱਭ ਜੇ ਕਿਤੇ ਐ ਲੱਗ ਰਿਹਾ ਸੀਗਾ ਜਿਵੇਂ ਤੁਸੀਂ ਭਾਰਤ ਦੇ ਵਿੱਚ ਨਹੀਂ ਹੋਇਆ ਲੱਗਦਾ ਸੀਗਾ ਜਿਵੇਂ ਤੁਸੀਂ ਪਤਾ ਨਹੀਂ ਕਿੱਥੋਂ ਦੀ ਇਰਾਕ ਦੀ ਲੜਾਈ ਚ ਭੱਜ ਰਹੇ ਹੋ ਪਾਣੀ ਲੱਭ ਰਹੇ ਹੋ ਬੇਸਿਕਲੀ ਮੇਰੀ ਜ਼ਿੰਦਗੀ ਦਾ ਫਰਸਟ ਐਕਸਪੀਰੀਅੰਸ ਆ ਕਿ ਮੈਂ ਆਸੂ ਗੈਸ ਦਾ ਗੋਲਾ ਦਾ ਸਾਹਮਣਾ ਕੀਤਾ ਇਨਫੈਕਟ ਮੈਂ ਪਿਛਲੇ ਅੰਦੋਲਨ ਚ ਵੀ ਸੀ ਬਟ ਉੱਥੇ ਅਸੀਂ ਪਾਣੀ ਦੇ ਬੁਸ਼ਾਰਾ ਜ਼ਰੂਰ ਸਹੀਆਂ ਨੇ ਬਟ ਆਸੂ ਗੈਸ ਦਾ ਗੋਲਾ ਮੈਂ ਕਦੀ ਨਹੀਂ ਸਿਆ ਮੈਂ ਪਹਿਲੀ ਵਾਰੀ ਹੋਇਆ ਆ ਔਰ ਇਹ ਬਹੁਤ ਖਤਰਨਾਕ ਆ ਔਰ ਮੈਨੂੰ ਲੱਗਦਾ ਨਹੀਂ ਹੈ ਕਿ ਇਸ ਤਰੀਕੇ ਦਾ ਇਹਨਾਂ ਨੂੰ ਕਰਨਾ ਚਾਹੀਦਾ ਆ ਕਿਉਂਕਿ ਫਾਰਮਰਸ ਪੀਸਫੁਲ ਪ੍ਰੋਟੈਸਟ ਕਰ ਰਹੇ ਹੋ ਉਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਉਹਨਾਂ ਕੋ ਸਿਫ ਇੱਕ ਜੰਡਾ ਆ ਤੇ ਡੰਡਾ ਆ ਤੇ ਇਹਨਾਂ ਦੇ ਕੋਲ ਰਾਈਫਲਸ ਵੀ ਨੇ ਆ ਬੰਬਵੀ ਨੇ ਗੋਲੀਆਂ ਵੀ ਚਲਾ ਰਹੇ ਨੇ ਕਿੰਨਾ ਕੁਛ ਕਰ ਰਹੇ ਨੇ ਫਿਰ ਇਹ ਸਾਨੂੰ 테러ਰਿਸਟ ਕਹਿੰਦੇ ਨੇ 테러ਰਿਸਟ ਇਹ ਖੁਦ ਨੇ ਜਿਹੜੀਆਂ ਗੋਲੀਆਂ ਚਲਾ ਰਹੇ ਨੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਸੀਗੀ ਜਿਸ ਦੇ ਵਿੱਚ ਤੁਹਾਡੀ ਹਾਲਤ ਬਹੁਤ ਜ਼ਿਆਦਾ ਵਿਗੜ ਜਾਂਦੀ ਹੈ ਤੁਹਾਡੇ ਕੋਲ ਉਸ ਵੇਲੇ ਉੱਠਣਾ ਵੀ ਬੜਾ ਔਖਾ ਹੋ ਜਾਂਦਾ ਉਸ ਵੇਲੇ ਬਿਲਕੁਲ ਵਿਕੇਜ਼ ਉਹਦਾ ਸਾਇ ਨਹੀਂ ਆ ਰਿਹਾ ਸੀਗਾ ਤੁਸੀਂ ਸੋਚੋ ਏਡੀ ਜ਼ਰੀਲੀ ਗੈਸ ਹੈ ਕਿ ਇੱਕ ਬਜ਼ੁਰਗ ਦੀ ਡੈਥ ਹੋ ਗਈ ਉਸ ਗੈਸ ਕਰਕੇ ਤੁਸੀਂ ਖੁਦ ਅਮੇਜਨ ਕਰ ਸਕਦੇ ਹੋ ਕਿ ਪਤਾ ਨਹੀਂ ਕਿੰਨੀਆਂ ਐਕਸਪਾਇਰ ਬੰਬੋ ਸੁੱਟ ਰਹੇ ਨੇ ਕਿੰਨੇ ਤਰੀਕੇ ਦੀਆਂ ਜ਼ਰੀਲਾ ਜ਼ਰੀਲੀ ਗੈਸਾਂ ਦੇ ਬੰਬ ਆਲੇ-ਦੁਆਲੇ ਇਕਦਮ ਹੀ ਡਰੋਨ ਤੋਂ ਉਹਨਾਂ ਨੇ ਕਿੰਨੇ ਸੁੱਟਿਆ ਉਦੋਂ ਸਾਹ ਹੀ ਨਹੀਂ ਆ ਰਿਹਾ ਸੀਗਾ ਮਤਲਬ ਮੈਨੂੰ ਐ ਲੱਗ ਰਿਹਾ ਮੈਨੂੰ ਮੈਨੂੰ ਤੇ ਵੋਮਿਟਿੰਗ ਹੋਈ ਬੇਸਿਕਲੀ 2-3 ਵਾਰੀ ਬਟ ਫਿਰ ਵੀ ਸਾਹ ਨਹੀਂ ਆ ਰਿਹਾ ਸੀਗਾ ਫਿਰ ਮੈਨੂੰ ਇੱਕ ਬਜ਼ੁਰਗਾਂ ਨੇ ਲੂਨ ਦਿੱਤਾ ਉਹਨਾਂ ਨੇ ਕਿਹਾ ਲੂਨ ਜੱਟੋ ਫਿਰ ਉਸ ਤੋਂ ਬਾਅਦ ਅੱਖਾਂ ਦੇ ਉੱਤੇ ਠੰਡਾ ਪਾਣੀ ਪਾਇਆ ਪਰ ਬਹੁਤ ਬੁਰਾ ਹਾਲ ਸੀਗਾ ਮੈਂ ਸੋਚਦੀ ਆ ਕਿ ਜੇ ਮੈਨੂੰ ਮੈਂ ਇਹ ਫੇਸ ਕਰ ਸਕਦੀ ਆ ਤੇ ਜਿਹੜੇ ਬਜ਼ੁਰਗ ਆ ਉਹਨਾਂ ਤੇ ਕਿੰਨੇ ਕਿੰਨੇ ਲੈਵਲ ਜ਼ਿਆਦਾ ਇਫੈਕਟ ਕਰ ਤੁਸੀਂ ਹੁਣ ਠੀਕ ਹੋ ਮੈਂ ਠੀਕ ਆ ਪਰ ਤੁਸੀਂ ਜਿਵੇਂ ਵੇਖ ਸਕਦੇ ਹੋ ਕਿ ਮੈਂ ਜ਼ਿਆਦਾ ਗੱਲ ਕਰ ਲਿਆ ਮੈਨੂੰ ਸਾਹ ਚੜ ਜਾਂਦਾ ਛੇਤੀ ਮਤਲਬ ਮੈਨੂੰ ਸਾਹ ਔਖਾ ਹੁੰਦਾ ਆ ਹਜੇ ਵੀ ਉਹ ਗੈਸ ਦਾ ਇਨਫੈਕਟ ਆ ਸ਼ੂਕ ਕਰਨ ਦੀ ਡੈਥ ਹੋ ਜਾਂਦੀ ਹੈ ਉੱਥੇ ਤੁਸੀਂ ਦੇਖਿਆ ਸੀ ਸ਼ੂਕ ਕਰਨ ਨੂੰ ਕਿੱਥੇ ਖੜਾ ਸੀ ਜਾਂ ਕਿਵੇਂ ਗੋਲੀ ਲੱਗੀ ਜਾਂ ਭੀੜ ਦਾ ਉਹ ਹਿੱਸਾ ਸੀ ਜਦੋਂ ਅਚਾਨਕ ਪੈਲਟ ਗਨ ਚੱਲ ਰਹੀਆਂ ਸੀ ਕਿੱਥੇ ਸੀ ਜਾਂ ਕਿਵੇਂ ਦੇਖਿਆ ਸੀ ਮੈਂ ਕੋ ਸ਼ੁਕਰਨ ਨੂੰ ਦੇਖਿਆ ਤਾਂ ਨਹੀਂ ਉਸ ਟਾਈਮ ਦੇ ਉੱਤੇ ਬਟ ਸ਼ੁਕਰਨ ਅੱਗੇ ਹੀ ਮਤਲਬ ਸਾਰਿਆਂ ਨੂੰ ਜਾਪਤੇ ਦੇ ਵਿੱਚ ਰੱਖਣ ਦੀ ਚੀਜ਼ ਉਹਦੀ ਜਿਹੜੀ ਵੀਡੀਓ ਸਾਹਮਣੇ ਆਈ ਹੈ ਉਹ ਸੀਗੀ ਔਰ ਇਨ ਫੈਕਟ ਉੱਤੇ ਕਈ ਮੁੰਡੇ ਜਿਹੜੇ ਸੀਗੇ ਵਿਚਾਰੇ ਸਾਰਿਆਂ ਨੂੰ ਪਿੱਛੇ-ਪਿੱਛੇ ਘਰ ਰਹੇ ਸੀਗੇ ਔਰ ਉੱਥੇ ਸਾਡੇ ਅੰਮ੍ਰਿਤਸਰ ਦੇ ਜਿਹੜੇ ਦੱਲੇਵਾਲ ਦੇ ਯੂਨੀਅਨ ਦੇ ਪ੍ਰਧਾਨ ਆ ਬਾਬਾ ਜੀ ਉਹ ਵੀ ਮਾਈਕ ਗੱਡੀ ਤੇ ਬਹਿ ਕੇ ਮਾਈਕ ਥਰੂ ਕਹਿ ਰਹੇ ਸੀਗੇ ਕਿ ਸਾਰੇ ਪੀਸਫੁੱਲ ਖੜੇ ਰੋ ਕਿਉਂਕਿ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਸੀਗੀ ਔਰ ਸਭ ਕੁਝ ਪੀਸਫੁੱਲੀ ਸੀਗਾ ਔਰ ਮੈਨੂੰ ਨਹੀਂ ਪਤਾ ਮੈਨੂੰ ਲੱਗਦਾ ਸ਼ਾਇਦ ਜਿਹੜੇ ਪੈਲੀਆਂ ਦੇ ਵਿੱਚ ਮੁੰਡੇ ਗੁੱਡੀ ਡਾ ਰੇ ਸੀਗੇ ਸ਼ਾਇਦ ਉਹਨਾਂ ਨੂੰ ਪਰੇ ਕਰਨ ਗਿਆ ਹੋਵੇ ਉਦੋਂ ਉਦੋਂ ਬੁਲੇਟ ਮਾਰਤੀ ਹੋਵੇ ਕਿਉਂਕਿ ਵੀਡੀਓ ਸਾਹਮਣੇ ਆਈਆਂ ਆ ਤੁਸੀਂ ਦੇਖਿਆ ਹੈ ਵੀ ਕਿਸ ਤਰੀਕੇ ਦੇ ਨਾਲ ਉਹ ਫਾਇਰਿੰਗ ਕਰ ਰਹੇ ਨੇ ਔਰ ਉਹਨਾਂ ਦੇ ਉੱਤੇ ਸਖਤ ਐਕਸ਼ਨ ਹੋਣਾ ਚਾਹੀਦਾ ਆ ਮੈਂ ਪੰਜਾਬ ਸਰਕਾਰ ਦੇ ਅੱਗੇ ਵੀ ਅਪੀਲ ਕਰੂੰਗੀ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਆ ਉਹਨਾਂ ਨੂੰ ਉਹਨਾਂ ਤੇ ਪਰਚੇ ਹੋਣੇ ਚਾਹੀਦੇ ਆ ਦੂਸਰੇ ਵੀ ਕੀ ਜਿਹੜੇ ਕਿਸਾਨ ਲੀਡਰ ਨੇ ਉਹ ਇਸ ਵਾਰ ਇਕੱਠੇ ਨਹੀਂ ਆ ਪਿਛਲੀ ਵਾਰ ਜਦੋਂ ਅੰਦੋਲਨ ਹੋਇਆ ਸੀ ਤਿੰਨ ਕਾਨੂੰਨ ਵਾਪਸ ਹੋਏ ਸਾਰੇ ਇਕੱਠੇ ਸੀਗੇ ਇੱਕੇ ਦੀ ਜਿੱਤ ਸੀਗੀ ਇਸ ਵਾਰ ਵੱਖ-ਵੱਖ ਰਾਹ ਚੱਲ ਰਹੇ ਨੇ ਕਿਸਾਨ ਲੀਡਰਾਂ ਦੀ ਭੂਮਿਕਾ ਕਿਵੇਂ ਦੇਖਦੇ ਹੋ ਤੁਸੀਂ ਵੇਖੋ ਬਹੁਤ ਗਲਤ ਆ ਕਿਸਾਨ ਲੀਡਰ ਜਿਹੜੇ ਹੁੰਦੇ ਆ ਉਹ ਕਿਸਾਨਾਂ ਵਾਸਤੇ ਹੁੰਦੇ ਆ ਕਿਸਾਨਾਂ ਦੀਆਂ ਹੱਕਾਂ ਵਾਸਤੇ ਹੁੰਦੇ ਆ ਠੀਕ ਹੈ ਅੱਜ ਕਿਸਾਨ ਬਾਰਡਰਾਂ ਦੇ ਉੱਤੇ ਰੋਲ ਰਿਹਾ ਆ ਕਿਸਾਨਾਂ ਨੂੰ ਗੋਲੀਆਂ ਵਜ ਰਹੀਆਂ ਨੇ ਬਜ਼ੁਰਗ ਬਜ਼ੁਰਗ ਬਜ਼ੁਰਗਾਂ ਦੀ ਮੌਤ ਹੋ ਰਹੀ ਹੈ ਅਸੂਗੈਸੇ ਗੋਲੀਆਂ ਕਰਕੇ ਸਾਡਾ ਸਾਡਾ ਸਾਰਿਆਂ ਦਾ ਮੁੱਦਾ ਕੀ ਹੈ ਐਮਐਸਪੀ ਫਿਕਸ ਕਰਾਉਣਾ ਹਨਾ ਸਾਰੇ ਕਿਸਾਨਾਂ ਦੀ ਤੇ ਕਿਸਾਨ ਲੀਡਰ ਹੁੰਦੇ ਕਾਦੇ ਵਾਸਤੇ ਹੈ ਇਸੇ ਵਾਸਤੇ ਹੁੰਦੇ ਆ ਨਾ ਤੇ ਜੇ ਫਿਰ ਕੀ ਹੋਇਆ ਜੇ ਦੋ ਕਿਸਾਨ ਲੀਡਰ ਪਹਿਲੋਂ ਆਗੇ ਸੀਗੇ ਇਹਦੇ ਵਿੱਚ ਕੋਈ ਅੱਜ ਪਾ ਤੁਸੀਂ ਅੱਜ ਦਾ ਮਾਹੌਲ ਵੇਖੋ ਨਾ ਤੁਹਾਨੂੰ ਅੱਜ ਦਾ ਮਾਹੌਲ ਵੇਖਣਾ ਚਾਹੀਦਾ ਹੈ ਕਿ ਇੱਕ ਬੱਚੇ ਦੀ ਇੱਕ ਜਵਾਨ ਬੱਚੇ ਦੀ ਜਾਨ ਚਲੇਗੀ ਕਿੰਨੇ ਬਜ਼ੁਰਗਾਂ ਦੀ ਮੌਤ ਹੋਗੀ ਹਨਾ ਕਿੰਨਾ ਬੁਰਾ ਹਾਲ ਉੱਥੇ ਹੋ ਰਿਹਾ ਹੈ ਤੁਹਾਨੂੰ ਅੱਜ ਇਕੱਠੇ ਹੋ ਕੇ ਸਾਹਮਣੇ ਆਉਣਾ ਚਾਹੀਦਾ ਆ ਆਪਣਾ ਈਗੋ ਫੈਕਟਰ ਨਹੀਂ ਰੱਖਣਾ ਚਾਹੀਦਾ ਆਪਣੀ ਧੌਣ ਦੇ ਵਿੱਚ ਉਹ ਕਿੱਲਾ ਕੱਢਣਾ ਚਾਹੀਦਾ ਇਸ ਗੱਲ ਦਾ ਵੀ ਨਹੀਂ ਜੀ ਮੈਂ ਲੀਡਰ ਆ ਸਾਨੂੰ ਪਹਿਲੋਂ ਕਿਉਂ ਨਹੀਂ ਸੱਦਿਆ ਇਹ ਗੱਲਾਂ ਥੋੜਾ ਹੁੰਦੀਆਂ ਯਾਰ ਇਹ ਟਾਈਮ ਥੋੜਾ ਨ ਇਹਦੇ ਇਹਨਾਂ ਨੂੰ ਸਾਰਿਆਂ ਨੂੰ ਉੱਥੇ ਹੋਣਾ ਚਾਹੀਦਾ ਜਦੋਂ ਤੁਹਾਡੇ ਲੋਕ ਉੱਥੇ ਬੈਠੇ ਨੇ ਸਾਰਿਆਂ ਦੇ ਮੈਂ ਉੱਥੇ ਬਹੁਤ ਸਾਰੇ ਲੋਕ ਬੈਠੇ ਵੇਖੇ ਜਿਹੜੇ ਉਗਰਾਹਾਂ ਯੂਨੀਅਨ ਦੇ ਵੀ ਬੈਠੇ ਸੀਗੇ ਮੈਂ ਬਹੁਤ ਸਾਰੇ ਲੋਕ ਬੈਠੇ ਵੇਖੇ ਜਿਹੜੇ ਦੂਜੀਆਂ ਜਥੇਬੰਦੀਆਂ ਦੇ ਵੀ ਬੈਠੇ ਸੀਗੇ ਉਹ ਆਪ ਮੁਹਾਰੇ ਹੋ ਕੇ ਆ ਗਏ ਕਿਉਂਕਿ ਲੋਕਾਂ ਦੇ ਜ਼ਮੀਰ ਜਾਗਦੇ ਨੇ ਲੋਕੀ ਦੂਜੇ ਲੋਕਾਂ ਨੂੰ ਵੇਖ ਕੇ ਉੱਥੇ ਪਹੁੰਚ ਰਹੇ ਨੇ ਮੈਂ ਵੀ ਕਿਸੇ ਜਥੇਬੰਦੀ ਨੂੰ ਨਹੀਂ ਬੁਲਾਉਣ ਕਰਦੀ ਮੈਂ ਪਰ ਫਿਰ ਵੀ ਉੱਥੇ ਗਈ ਮੈਂ ਆਪਣੀ ਮੇਰੀ ਮੇਰੀ ਖੁਦ ਦੀ ਜ਼ਮੀਰ ਜਾਗਦੀ ਸੀਗੀ ਕਿਤੇ ਮੈਂ ਆਪਣੇ ਬਜ਼ੁਰਗਾਂ ਦੇ ਨਾਲ ਉੱਥੇ ਗਈਆਂ ਤੋਂ ਲੱਗਦਾ ਕਿਸਾਨ ਜਿੱਥੇ ਬੰਦੀਆਂ ਨੂੰ ਇੱਕ ਹੋਣਾ ਚਾਹੀਦਾ ਜ਼ਮੀਰ ਜਗਾਣੀ ਚਾਹੀਦੀ ਇਹ ਆਪਣੀ ਈਗੋ ਛੱਡਣੀ ਚਾਹੀਦੀ ਓਬਵੀਅਸਲੀ ਉਹਨਾਂ ਨੂੰ ਆਪਣੀ ਈਗੋ ਛੱਡਣੀ ਚਾਹੀਦੀ ਹੈ ਇਸ ਟਾਈਮ ਦੇ ਉੱਤੇ ਉਹਨਾਂ ਨੂੰ ਲੋਕਾਂ ਦਾ ਸਾਥ ਦੇਣ ਦੀ ਲੋੜ ਹੈ ਉਹਨਾਂ ਨੂੰ ਲੋਕਾਂ ਨਾਲ ਖੜਨ ਦੀ ਲੋੜ ਹੈ ਉਹਨਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਕੌਣ ਪਹਿਲੋਂ ਆਇਆ ਸੀ ਕੌਣ ਬਾਅਦ ਚੋਂ ਆਇਆ ਸੀਗਾ ਉਹਨਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਹਾਂਜੀ ਇਹ ਸਾਡਾ ਐਸਕੇਮ ਹੈ ਸਾਡਾ ਉਹ ਹੈ ਤੁਹਾਡੇ ਐਸਕੇਮ ਕਿਸ ਕੰਮ ਦਾ ਜਦੋਂ ਉੱਥੇ ਮੁੰਡੇ ਨੂੰ ਗੋਲੀ ਵੱਜ ਗਈ ਉੱਥੇ ਬਜ਼ੁਰਗਾਂ ਦੇ ਉੱਤੇ ਆសុ ਗਿਆ ਸੀ ਗੋਲੇ ਡਿੱਗ ਰਹੇ ਨੇ ਤੁਹਾਡਾ ਐਸਕੇਮ ਕੀ ਕਰ ਰਿਹਾ ਹੈ ਇਸ ਟਾਈਮ ਦੇ ਉੱਤੇ ਲੇਕਿਨ ਐਸਕੇਮ ਤੇ ਕਹਿ ਰਹੇ ਅਸੀਂ ਟੋਲ ਬੰਦ ਕਰ ਰਹੇ ਹਾਂ ਅਸੀਂ ਪੁਤਲੇ ਫੂਕ ਰਹੇ ਉਹਨਾਂ ਦਾ ਕੀ ਫਾਇਦਾ ਤੁਹਾਡੇ ਪੁਤਲੇ ਫੂਕਣ ਦਾ ਕੀ ਫਾਇਦਾ ਮੈਨੂੰ ਇਹ ਦੱਸੋ ਪੁਤਲੇ ਫੂਕਣ ਨਾਲ ਕੀ ਹੋ ਜਾਣਾ ਹੈ ਉਥੇ ਅਗਲੇ ਗੋਲੀਆਂ ਮਾਰਨ ਦੇ ਆ ਸਾਹਮਣਿਓ ਜਾਣਾਂ ਜਾਣ ਡੀਆਂ ਲੋਕਾਂ ਦੀਆਂ ਜਾਂ ਤੇ ਸਿਰਫ ਪਾਣੀ ਦੀਆਂ ਹੁਸ਼ਾਰਾ ਮਾਰਦੇ ਹੋਣ ਤੇ ਅਸੀਂ ਕਹੀਏ ਚਲੋ ਠੀਕ ਆ ਤੁਸੀਂ ਰੋਜ਼ ਪ੍ਰਗਟ ਕਰ ਰਹੇ ਹੋ ਤੁਸੀਂ ਪੁਤਲੇ ਫੂਕ ਰਹੇ ਹੋ ਇਹਦੇ ਬਚਕਾਨਾਂ ਵਾਲੀਆਂ ਗੱਲਾਂ ਨਹੀਂ ਆ ਤੁਹਾਨੂੰ ਨਹੀਂ ਲੱਗਦੀਆਂ ਕਿ ਪੁਤਲੇ ਫੂਕਦੇ ਨਹੀਂ 100 ਲੀਟਰ ਵੀ ਜ਼ਿਆਦਾ ਤੁਹਾਨੂੰ ਪਸੰਦ ਨਹੀਂ ਕਰਦੇ ਤੁਹਾਡੀ ਵੀਡੀਓ ਵਾਇਰਲ ਹੋਈ ਤੁਹਾਡੀ ਉਥੇ ਸਿਹਤ ਖਰਾਬ ਹੋਈ ਕਿਸੇ ਨੇ ਤੁਹਾਡਾ ਨਾਮ ਵੀ ਨਹੀਂ ਲਿਆ ਵੇਖੋ ਮੇਰੀ ਗੱਲ ਸੁਣੋ ਮੈਨੂੰ ਫਰਕ ਨਹੀਂ ਪੈਂਦਾ ਮੈਨੂੰ ਕੌਣ ਪਸੰਦ ਕਰਦਾ ਕੌਣ ਨਹੀਂ ਕਰਦਾ ਠੀਕ ਆ ਮੈਂ ਮੈਨੂੰ ਜੋ ਲੱਗਦਾ ਹੈ ਸੱਚ ਹੈ ਉਹ ਮੈਂ ਬੋਲੂਗੀ ਠੀਕ ਹੈ ਮੈਂ ਕਦੀ ਕਿ ਮੈਨੂੰ ਚਮਚਾਗਿਰੀ ਕਰਨ ਦੀ ਲੋੜ ਨਹੀਂ ਕਹੇਦੀ ਨਾ ਮੈਂ ਕਿਸੇ ਦਾ ਖਾਨੇ ਆ ਦਿੱਤਾ ਠੀਕ ਹੈ ਨਾ ਮੈਨੂੰ ਕਿ ਜੋ ਗਲਤ ਹੈ ਨਾ ਜਿੱਥੇ ਉਹ ਮੈਂ ਗਲਤ ਕਹੂੰਗੀ ਇਹ ਗਲਤ ਨਹੀਂ ਹੈ ਤੇ ਗਲਤ ਆ ਠੀਕ ਹੈ ਇਹਨਾਂ ਦਾ ਫਰਜ਼ ਮੰਦਾ ਐਸ ਟਾਈਮ ਦੇ ਉੱਤੇ ਸਾਰਿਆਂ ਦਾ ਕਿ ਸਾਰੀਆਂ ਜਥੇਬੰਦੀਆਂ ਕਾਲ ਦੇਣ ਕਿ ਅਸੀਂ ਬਾਰਡਰਾਂ ਦੇ ਉੱਤੇ ਪਹੁੰਚਣਾ ਆ ਅਸੀਂ ਆਪਣੇ ਬਜ਼ੁਰਗਾਂ ਨੂੰ ਬਚਾਉਣਾ ਆ ਆਪਾਂ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਆ ਸਾਡੀ ਲੜਾਈ ਏਕ ਹੈ ਸਾਡੀ ਏਕੇ ਦੀ ਲੜਾਈ ਹੈ ਸਾਨੂੰ ਆਪਣੀ ਜਿਹੜੀ ਆ ਈਗੋ ਫੈਕਟਰ ਛੱਡਣਾ ਚਾਹੀਦਾ ਐਸ ਟਾਈਮ ਤੇ ਤੁਸੀਂ ਕਿਸਾਨ ਲੀਡਰ ਤਾਂ ਨਹੀਂ ਬਨਣਾ ਚਾਹ ਰਹੇ ਵੇਖੋ ਮੇਰੀ ਗੱਲ ਸੁਣੋ ਮੈਨੂੰ ਕਿਸਾਨ ਲੀਡਰ ਬਨਣ ਦੀ ਕੀ ਲੋੜ ਹੈ ਮੈਂ ਕਿਸਾਨ ਲੀਡਰ ਨਹੀਂ ਆ ਮੈਂ ਕਿਸਾਨ ਦੀ ਧੀ ਆ ਮੇਰੇ ਦਿਲ ਦੇ ਵਿੱਚ ਕਿਸਾਨ ਦਾ ਦਰਦ ਹੈ ਠੀਕ ਹੈ ਮੈਂ ਇੱਥੋਂ ਤੱਕ ਹੀ ਸੀਮਤ ਆ ਲੇਕਿਨ ਤੁਹਾਨੂੰ ਇੱਕ ਕਿਸਾਨ ਲੀਡਰ ਨੇ ਕਿਹਾ ਸੀ ਉਹ ਕਿੰਨੇ ਕਿਹਾ ਸੀ ਕੀ ਕਿਹਾ ਸੀ ਵੇਖੋ ਮੈਨੂੰ ਕਿਸੇ ਨੇ ਕੁਛ ਨਹੀਂ ਕਿਹਾ ਮੈਂ ਸਿਫ ਇਨੀ ਗੱਲ ਕਹਿਣਾ ਚਾਹੁੰਦੀ ਆ ਕਿ ਮੈਂ ਨਾ ਕਿਸਾਨ ਲੀਡਰ ਬੰਨਾ ਚਾਹੁੰਦੀ ਆ ਠੀਕ ਹੈ ਮੈਂ ਇੱਕ ਕਿਸਾਨ ਦੀ ਧੀ ਆ ਠੀਕ ਹੈ ਔਰ ਮੈਂ ਕਿਸਾਨਾਂ ਦਾ ਦਰਦ ਰੱਖਦੀ ਆ ਆਪਣੇ ਦਿਲ ਦੇ ਵਿੱਚ ਔਰ ਮੈਂ ਹਮੇਸ਼ਾ ਕਿਸਾਨਾਂ ਦੀ ਆਵਾਜ਼ ਚੁੱਕਦੀ ਰਹੂੰਗੀ ਮੈਨੂੰ ਕੋਈ ਸ਼ੌਂਕ ਨਹੀਂ ਕਿਸੇ ਦੀ ਸਟੇਜ ਤੇ ਬੋਲਣ ਦਾ ਨਾ ਮੈਨੂੰ ਕੋਈ ਸ਼ੌਂਕ ਆ ਕਿਤੇ ਵੀ ਲੀਡਰਸ਼ਿਪ ਚਮਕਾਉਣ ਦਾ ਜਾਂ ਜੱਥੇ ਜੱਟ ਮਹਾਸਭਾ ਦੀ ਪ੍ਰਧਾਨ ਹੋ ਪੰਜਾਬ ਦੀ ਮਹਿਲਾ ਪ੍ਰਧਾਨ ਹੋ ਤੁਸੀਂ ਜੱਟ ਮਹਾਸਭਾ ਦੀ ਦੇਖੋ ਮੇਰੀ ਗੱਲ ਸੁਣੋ ਔਰ ਉਸ ਜੱਟ ਮਹਾਸਭਾ ਦੀ ਮਹਿਲਾ ਪ੍ਰਧਾਨ ਹੋ ਜਿਸ ਦੇ ਵਿੱਚ ਕੁਝ ਲੀਡਰ ਭਾਜਪੀ ਦੇ ਨੇ ਉਹਨਾਂ ਦੇ ਪ੍ਰਧਾਨ ਨੇ ਦੇਖੋ ਮੇਰੀ ਗੱਲ ਸੁਣੋ ਜੱਟ ਮਹਾਸਭਾ ਦੀ ਪ੍ਰਧਾਨ ਮੈਨੂੰ ਬਣਾਇਆ ਗਿਆ ਮੈਂ ਬਣੀ ਮੈਨੂੰ ਦਾਰਾ ਸਿੰਘ ਦੀ ਫੈਮਲੀ ਨੇ ਕਿਹਾ ਸੀਗਾ ਠੀਕ ਹੈ ਮੈਨੂੰ ਦਾਰਾ ਜੀ ਦੇ ਛੋਟੇ ਬੇਟੇ ਅੰਨੂ ਨੇ ਕਿਹਾ ਸੀਗਾ ਅਮਰੀਕ ਨੇ ਕਿ जाट महासभा ਦੀ ਪ੍ਰਧਾਨ ਬਣਨ ਵਾਸਤੇ ਕਿਉਂਕਿ ਦਾਰਾ ਸਿੰਘ ਜੀ जाट महासभा ਦੇ ਪ੍ਰਧਾਨ ਸੀਗੇ ਔਰ ਉਹਦੇ ਵਿੱਚ ਬਹੁਤ ਸਾਰੇ ਇਹ ਜਿਹੇ ਕਿਸਾਨ ਲੀਡਰ ਸੀਗੇ ਜਿਵੇਂ ਛੋਟੂ RAM ਜੀ ਦਾ ਜ਼ਿਕਰ ਕੀਤਾ ਜਾਵੇ ਹਨਾ ਔਰ ਉਹ ਸਾਰੇ ਜਾਣੇ जाट महासभा ਦੇ ਵਿੱਚ ਸੀਗੇ ਤੁਸੀਂ ਵੇਖਿਆ ਯੂਪੀ ਦੇ ਵਿੱਚ जाट महासभा ਆ ਹਰਿਆਣੇ ਦੇ ਵਿੱਚ ਹੈ ਬਟ ਮੈਨੂੰ जाट महासभा ਦੀ ਪ੍ਰਧਾਨ ਹੋਣ ਦੇ ਨਾਤੇ ਵੀ ਅੱਜ ਮੈਨੂੰ ਆਪਣੇ ਆਪ ਤੇ ਸ਼ਰਮ ਮਹਿਸੂਸ ਹੁੰਦੀ ਹੈ ਕਿਉਂਕਿ ਮੈਂ ਕਾਦੀ ਪ੍ਰਧਾਨ ਆ ਇਹ ਜੀ ਪ੍ਰਧਾਨ ਜੀ ਨੂੰ ਮੈਂ ਕੀ ਕਰਨਾ ਆ ਮੈਂ जाट महासभा ਦੇ ਪ੍ਰਧਾਨਾ ਨੂੰ ਫੋਨ ਕੀਤਾ ਮੈਂ ਕਿਹਾ ਵੀ ਤੁਸੀਂ ਉੱਥੇ ਕਿਉਂ ਨਹੀਂ ਪਹੁੰਚੇ ਹਜੇ ਤੱਕ ਉਹ ਕਹਿੰਦੇ ਅਸੀਂ ਐਸ ਕੇ ਐਮ ਦੇ ਨਾਲ ਆ ਤੇ ਮੈਂ ਮੈਂ ਤੇ ਕਿਸੇ ਦੇ ਨਾਲ ਨਹੀਂ ਆ ਮੈਂ ਆਪਣੇ ਕਿਸਾਨਾਂ ਦੇ ਨਾਲ ਆ ਮੈਂ ਆਪਣੇ ਬਜ਼ੁਰਗਾਂ ਦੇ ਨਾਲ ਆ ਮੈਨੂੰ ਇਹੇ ਜੀ ਪ੍ਰਧਾਨਗੀ ਨਹੀਂ ਚਾਹੀਦੀ ਫਿਰ ਤੁਸੀਂ जाट महासभा ਚ ਕਰ ਕੀ ਰਹੇ ਹੋ ਮੈਂ ਅਸਤੀਫਾ ਦੇਣੀ ਹੈ ਤੁਹਾਡੇ ਸਾਹਮਣੇ ਮੈਨੂੰ ਨਹੀਂ ਲੋੜ जाट महासभा ਦੀ ਇਹ ਤਾਂ ਤੁਸੀਂ ਭਵਕ ਹੋ ਕੇ ਕਹਿ ਰਹੇ ਹੋ ਨਾ ਆਫੀਸ਼ਲ ਥੋੜੀ ਮੈਂ ਅਸਤੀਫਾ ਦੇਵਾਂਗੀ ਇਹ ਕਹਿੰਦੀਆਂ ਗੱਲਾਂ ਹੁੰਦੀਆਂ ਕਿ ਮੈਂ ਅਸਤੀਫਾ ਦੇ ਦੇ ਤਾ ਕਿਵੇਂ ਅਸਤੀਫਾ ਦੇ ਦੋਗੇ ਤੁਸੀਂ ਵੇਖੋ ਮੇਰੀ ਗੱਲ ਸੁਣੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਤੁਹਾਡੇ ਸਾਹਮਣੇ ਕਹਿ ਰਹੀ ਹਾਂ ਅੱਜ ਕਿ ਮੈਂ जाट ਮਹਾਸਭਾ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਰਹੀ ਹਾਂ ਮੈਂ ਇਹੇ ਜੀ ਪ੍ਰਧਾਨਗੀ ਨੂੰ ਕੀ ਕਰਨਾ ਜਿਹੜੀ ਅੱਜ ਮੇਰੇ ਕਿਸਾਨਾਂ ਦੇ ਨਾਲ ਬਾਰਡਰਾਂ ਦੇ ਉੱਤੇ ਨਹੀਂ ਖੜੀ ਇਹ ਬਿਆਨ ਹੀ ਹੈ ਜਾਂ ਆਫੀਸ਼ੀਅਲ ਲਿਖ ਕੇ ਤੁਸੀਂ ਅਸਤੀਫਾ ਭੇਜੋਗੇ ਜਾਂ ਮੈਂ ਆਫੀਸ਼ੀਅਲ ਮੈਂ ਆਫੀਸ਼ੀਅਲ ਲਿਖ ਕੇ ਅਸਤੀਫਾ ਭੇਜ ਦੂੰਗੀ ਮੈਂ ਤੁਹਾਨੂੰ ਕਹਿ ਰਹੀ ਮੈਂ ਜੋ ਕਿਹਾ ਅੱਜ ਤੱਕ ਮੈਂ ਜ਼ਿੰਦਗੀ ਦੇ ਵਿੱਚ ਕੀਤਾ ਆ ਠੀਕ ਹੈ ਕਈ ਵਾਰ ਹੁੰਦਾ ਨਾ ਕਿ ਇੰਟਰਵਿਊ ਚ ਕਹਿ ਦਿੱਤਾ ਕਿ ਮੈਂ ਸਲੀਫਾ ਦੇ ਦਾਂਗੀ ਬਾਅਦ ਵਿੱਚ ਮਨਾ ਲਿੱਤਾ ਜਾਂਦਾ ਜਾਂ ਕਰ ਲਿੱਤਾ ਜਾਂਦਾ ਇਹ ਗੱਲ ਨਹੀਂ ਹੈਗੀ ਮਨਾਉਣ ਦੀ ਗੱਲ ਹੀ ਨਹੀਂ ਹੈਗੀ ਇਹਦੇ ਵਿੱਚ ਵੇਖੋ ਮੈਂ ਸਾਰੇ ਮੈਂ ਜਿੰਨੇ ਵੀ जाट ਪਾਈ ਜਾ ਰਹਾ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੀ ਆ ਮੈਂ ਬਹੁਤ ਇੱਜ਼ਤ ਕਰਦੀ ਆ ਉਹਨਾਂ ਦੀ ਉਹਨਾਂ ਨੇ ਮੈਨੂੰ ਬਹੁਤ ਰਿਸਪੈਕਟ ਦਿੱਤੀ ਆ ਠੀਕ ਹੈ ਅੱਜ ਤੱਕ ਬਟ ਗੱਲ ਇਹ ਹੈ ਵੀ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਅੱਜ ਜਦੋਂ ਸਾਡੇ ਕਿਸਾਨਾਂ ਨੂੰ ਲੋਡ ਹੈ ਉਹ ਵੀ ਤੇ ਜੱਟ ਆ ਨਾ ਬੈਠੇ ਆਪਣੀ ਜਮੀਨਾਂ ਕਰਕੇ ਬੈਠੇ ਆ ਨਾ ਤੇ ਅੱਜ ਆਪਾਂ ਕਿਉਂ ਰੁਕੇ ਪਏ ਆ ਆਪਾਂ ਕਿਉਂ ਨਹੀਂ ਜਾਂਦੇ ਪਏ ਉੱਥੇ ਮੈਂ ਹਮੇਸ਼ਾ ਇਹਨਾਂ ਤੋਂ ਐਕਸਪੈਕਟ ਕੀਤਾ ਹੈ ਕਿ ਇਹ ਕੋਈ ਡਿਸੀਜਨ 메ਕਿੰਗ ਲੈਣਗੇ ਇਹ ਜਾਣਗੇ ਠੀਕ ਹੈ ਔਰ ਮੈਨੂੰ ਇਸ ਗੱਲ ਦੇ ਉੱਤੇ ਨਹੀਂ ਸੈਟੀਸਫੈਕਸ਼ਨ ਹੁੰਦੀ ਜਿੱਕਾ ਦੀ ਮੀਟਿੰਗ ਚ ਜਾਟ ਮਹਾਸਭਾ ਦੀ ਗੱਲ ਰੱਖੀ ਮੈਂ ਰੱਖੀ ਆ ਮੈਂ ਜਾਟ ਮਹਾਸਭਾ ਦੇ ਪ੍ਰਧਾਨ ਨੂੰ ਵੀ ਇਹ ਗੱਲ ਕਹੀ ਸੀ ਪ੍ਰਧਾਨ ਨੂੰ ਤੁਸੀਂ ਅਸਤੀਫਾ ਉਹਨੇ ਮੈਸੇਜ ਕਰਕੇ ਭੇਜ ਸਕਦੇ ਹੋ ਮੈਂ ਭੇਜ ਸਕਦੀ ਆ ਜੇ ਹੁੰਦਾ ਨਾ ਕਈ ਵਾਰ ਕੀ ਇੰਟਰਵਿਊ ਚ ਕਹਿ ਦਿੱਤੀਆਂ ਜਾਂਦੀਆਂ ਗੱਲਾਂ ਲੇਕਿਨ ਬਾਅਦ ਵਿੱਚ ਕਹਿਆ ਨਹੀਂ ਜਾਂਦਾ ਇਹ ਇਹ ਦੇਖ ਲੋ ਕਿਤੇ ਬਾਅਦ ਵਿੱਚ ਤੁਹਾਨੂੰ ਇਹ ਨਾ ਹੋਵੇ ਕਿ ਮਨਾ ਲਿੱਤਾ ਜਾਵੇ ਜਾਂ ਕਹਿ ਦਿੱਤਾ ਜਾਵੇ ਸਾਡੇ ਪ੍ਰਧਾਨ ਹਰਪਾਲ ਸਿੰਘ ਜੀ ਹੈ ਗਗਲੇ ਪੁੱਛਣ ਕਿ ਰੀਜ਼ਨ ਕੀ ਹੈ ਰੀਜ਼ਨ ਇਹੀ ਹੈ ਕੀ ਰੀਜ਼ਨ ਹੈ ਇੰਟਰਵਿਊ ਚ ਭਾਵੁਕ ਹੋ ਕੇ ਰੀਜ਼ਨ ਹੈ ਜਾਂ ਕੀ ਰੀਜ਼ਨ ਹੈ ਕਿ ਅਸਤੀਫਾ ਦੇ ਲੱਗਿਓ ਮੈਂ ਇੰਟਰਵਿਊ ਚ ਭਾਵੁਕ ਹੋ ਕੇ ਨਹੀਂ ਇਹ ਸਿਫਾ ਦੇ ਰਹੀ ਇਹਦੇ ਵਿੱਚ ਰੀਜ਼ਨ ਇਹੀ ਹੈ ਕਿ ਮੈਂ ਜੇ ਇੱਕ ਕੁੜੀ ਹੋ ਕੇ ਆਪਣੇ ਬਜ਼ੁਰਗਾਂ ਦੇ ਨਾਲ ਉੱਥੇ ਜਾ ਕੇ ਖੜ ਸਕਦੀ ਆ ਉਹਨਾਂ ਦੀ ਕਾਲ ਦੇ ਉੱਤੇ ਮੈਂ ਇੱਕੋ ਗੱਲ ਕਹੀ ਉਹਨਾਂ ਨੂੰ ਵੀ ਤੁਹਾਨੂੰ ਵੀ ਅੱਜ ਉੱਥੇ ਹੋਣਾ ਚਾਹੀਦਾ ਆ ਆਪਾਂ ਇਕੱਲੇ ਅਖਬਾਰਾਂ ਦੇ ਵਿੱਚ ਬਿਆਨ ਦੇਣ ਦੇ ਨਾਲ ਇਹ ਚੀਜ਼ ਨੂੰ ਪ੍ਰੂਵ ਨਹੀਂ ਕਰ ਸਕਦੇ ਠੀਕ ਹੈ ਮੈਂ ਸਾਰੇ ਬਾ जाट ਪਾਈਚਾਰੇ ਨੂੰ ਇਹ ਗੱਲ ਕਹੂੰਗੀ ਵੀ ਤੁਹਾਨੂੰ ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਆ ਤੁਹਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਤੁਹਾਨੂੰ ਕੋਈ ਕੌਣ ਤੁਹਾਨੂੰ ਬੁਲਾ ਰਿਹਾ ਕੌਣ ਨਹੀਂ ਇਹ ਸਾਡਾ ਖੁਦ ਦਾ ਜ਼ਮੀਰ ਜਾਗਦਾ ਇਸ ਟਾਈਮ ਦੇ ਉੱਤੇ ਵੀ ਸਾਨੂੰ ਉਸ ਤੁਸੀਂ ਕੋ ਪ੍ਰਧਾਨ ਨੂੰ ਫੋਨ ਕਰਕੇ ਜਾਂ ਮੈਸੇਜ ਕਰੋ ਕਿ ਮੈਂ ਅਸਤੀਫਾ ਦੇ ਰਹੀ ਹਾਂ ਮੈਂ ਮੈਸੇਜ ਕਰ ਦੇਣੀ ਮੈਂ ਫੋਨ ਕਰ ਲੂੰਗੀ ਉਹਨਾਂ ਨੂੰ ਇਹੀ ਵਜ੍ਹਾ ਕਿਸਾਨ ਅੰਦੋਲਨ ਹੀ ਵਜਾਵੇ ਜਾਂ ਕਿਸੇ ਕਈ ਵਾਰ ਹੁੰਦਾ ਕੋਈ ਸਿਆਸੀ ਪਾਰਟੀ ਅਪਰੋਚ ਕਰਦੀ ਹੈ ਯਾ ਸਿਆਸਤ ਦੇ ਵਿੱਚ ਲੋਕ ਸਭਾ ਦੇ ਨਿਸ਼ਾਨੇ ਨਹੀਂ ਵੇਖੋ ਮੇਰੀ ਗੱਲ ਨਹੀਂ ਵੇਖੋ ਮੇਰੀ ਗੱਲ ਸੁਣੋ जाट महासभा ਇਹ ਜੀ ਆਰਗੇਨਾਈਜੇਸ਼ਨ ਹੈ ਜਿਹਦੇ ਵਿੱਚ ਸਾਰੇ ਪਾਰਟੀਆਂ ਦੇ ਬੰਦੇ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਲੋਕ ਨੇ ਜਿਹਦੇ ਵਿੱਚ ਕਿਹਨੂੰ ਕਹਿੰਦੇ ਆ ਬੀਜੇਪੀ ਦੇ ਵੀ ਲੋਕ ਨੇ ਜਿਹਦੇ ਚ ਕਾਂਗਰਸ ਦੇ ਵੀ ਲੋਕ ਨੇ ਠੀਕ ਹੈ ਇਹ ਜੀ ਆਰਗੇਨਾਈਜੇਸ਼ਨ ਹੈ ਜਿਹਦੇ ਸਾਰੀ ਸਾਰੀਆਂ ਪਾਰਟੀਆਂ ਦੇ ਹੈਗੇ ਆ ਇਹ ਆਰਗੇਨਾਈਜੇਸ਼ਨ ਨੂੰ ਨਾਲ ਇਲੈਕਸ਼ਨ ਲੜਨ ਤੋਂ ਕੋਈ ਮਤਲਬ ਹੈਗਾ ਨਾ ਕਿਸੇ ਚੀਜ਼ ਤੋਂ ਮਤਲਬ ਹੈ ਗਿਆ ਠੀਕ ਹੈ ਇਹ ਜਟਾਂ ਦੀ ਆਰਗੇਨਾਈਜੇਸ਼ਨ ਹੈ ਠੀਕ ਹੈ ਬਟ ਮੇਰਾ ਸਿਰਫ ਮੇਰੇ ਦਿਲ ਦੇ ਵਿੱਚ ਇੱਕੋ ਗੱਲ ਦਾ ਰੋਜ਼ ਹੈ ਵੀ ਇਹਨਾਂ ਨੂੰ ਇਸ ਟਾਈਮ ਦੇ ਉੱਤੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨਾਂ ਦੇ ਨਾਲ ਹੋਣਾ ਚਾਹੀਦਾ ਸੀਗਾ ਔਰ 26 ਤਰੀਕ ਨੂੰ ਜਿਹੜੀ ਝਾਕੀ ਨਹੀਂ ਗੱਡੀ ਗਈ ਸਾਡੇ ਪੰਜਾਬ ਦੀ ਦਿੱਲੀ ਦੇ ਵਿੱਚ ਉਸ ਗੱਲ ਦਾ ਵੀ ਮੈਨੂੰ ਸੀਗਾ ਕੋਈ ਨਾ ਕੋਈ ਗੱਲ ਚੁੱਕੂਗਾ ਕੋਈ ਨਾ ਕੋਈ ਗੱਲ ਕਰੂਗਾ ਗੱਲਾਂ ਵੇਖੋ ਬਹੁਤ ਸਾਰੀਆਂ ਦਿਲ ਦੇ ਵਿੱਚ ਇਕੱਠੀਆਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਰਹਿੰਦੀਆਂ ਹੌਲੀ ਹੌਲੀ ਕੋਈ ਨਾ ਕੋਈ ਗੱਲ ਕਰੂਗਾ ਬਟ ਹਜੇ ਤੱਕ ਇਹਨੇ ਕੋਈ ਗੱਲ ਹੀ ਨਹੀਂ ਕੀਤੀ ਔਰ ਸਭ ਤੋਂ ਵੱਡੀ ਮੈਨੂੰ ਇਸ ਗੱਲ ਦਾ ਵੀ ਰੋਸ ਹੈਗਾ ਆ ਕਿ ਮੇਰੇ ਨਾਲ ਜਿਹੜੇ जाट महासभा ਦੇ ਪ੍ਰਧਾਨ ਨੇ ਮਤਲਬ ਯੂਥ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਫਾਦਰ ਕਿਸਾਨਾਂ ਦੇ ਖਿਲਾਫ ਬੋਲ ਰਹੇ ਨੇ ਮੈਂ ਇਹ ਗੱਲਾਂ ਨਹੀਂ ਸਹਿਣ ਕਰ ਸਕਦੀ ਮਿਸਟਰ ਬਾਜਪਾ ਦੀ ਗੱਲ ਕਰ ਰਹੇ ਹਾਂ ਹਾਂ ਉਹ ਕਿਸਾਨਾਂ ਦੇ ਖਿਲਾਫ ਬੋਲ ਰਹੇ ਨੇ ਮੈਂ ਮੈਨੂੰ ਕਿੱਥੋਂ ਇਹ ਹਜਮ ਹੋਣੀ ਹੈ ਜਦੋਂ ਮੈਂ ਖੁਦ ਆਪਣੀ ਹੱਡ ਬੀਤੀ ਉੱਥੇ ਕਿਸਾਨਾਂ ਦੇ ਨਾਲ ਖਲੋ ਕੇ ਸਾਰਾ ਕੁਝ ਵੇਖ ਕੇ ਆਈ ਆ ਮੈਨੂੰ ਪਤਾ ਹੈ ਵੀ ਉਹ ਨਹੀਂ ਉਹਨਾਂ ਨੂੰ ਕੁਝ ਵੀ ਕਹਿ ਰਹੇ ਤੇ ਤੁਸੀਂ ਇਹ ਬਿਆਨ ਦੇ ਰਹੇ ਹੋ ਕਿ ਕਿਸਾਨ ਪਹਿਲਾਂ ਉਹ ਲੜਬਾਜੀ ਕਰਦੇ ਹੋਣਗੇ ਤੇ ਉਹਨਾਂ ਨੇ ਕਰਨਾ ਹੀ ਆ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਬਿਆਨ ਦੇਣ ਲੱਗਿਆ ਮੈਂ ਇਹੀ ਜੇ ਮਾਹੌਲ ਦੇ ਵਿੱਚ ਕਿਵੇਂ ਰਹਿ ਲਾਂ ਇਹ ਫਤੇ ਸਿੰਘ ਬਾਜਵਾ ਨੇ ਬਿਆਨ ਦਿੱਤਾ ਸੀ ਹਾਂ ਇੱਕ ਮੇਰੇ ਜਿਹੜੇ ਮੇਰੇ ਨਾਲ ਯੂਥ ਪ੍ਰਧਾਨ ਨੇ ਉਹਨਾਂ ਦੇ ਫਾਦਰ ਨੇ ਬਿਆਨ ਦਿੱਤੇ ਨੇ ਮੈਨੂੰ ਦੱਸਿਆ ਕਿਸੇ ਨੇ ਵੀ ਇਹ ਉਹਨਾਂ ਦੇ ਬਿਆਨ ਨੇ ਔਰ ਮੈਨੂੰ ਹੀ ਗੱਲ ਦੱਸੀ ਗਈ ਮੈਨੂੰ ਨਹੀਂ ਚੰਗੀ ਲੱਗੀ ਕਿਉਂਕਿ ਮੈਂ ਜੇ ਜਾਂ ਤੇ ਮੈਂ ਘਰ ਬੈਠੀ ਹੋਵਾਂ ਮੈਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ ਜਦੋਂ ਮੈਂ ਖੁਦ ਆਪਣੇ ਅੱਖੀ ਸਾਰਾ ਕੁਝ ਦੇਖਿਆ ਆ ਉਹ ਮਾਹੌਲ ਨੂੰ ਹੰਡਾਇਆ ਆ ਤੇ ਫਿਰ ਮੈਨੂੰ ਆਪ ਨੂੰ ਗੁੱਸਾ ਨਹੀਂ ਚੜੂਗਾ ਇਸ ਚੀਜ਼ ਦਾ ਤੁਸੀਂ ਆਪ ਦੱਸੋ ਮੈਨੂੰ ਲੱਗਦਾ ਵੀ ਜਿਹੜੇ ਵੀ ਇਨਸਾਨ ਦੀ ਜ਼ਮੀਰ ਜਾਗਦੀ ਹੈ ਨਾ ਉਹਨੂੰ ਗੁੱਸਾ ਚੜੂਗਾ ਇਸ ਦਾ ਇਹ ਮੰਨ ਕੇ ਚੱਲੀਏ న్యూਸ 18 ਤੇ ਤੁਸੀਂ ਅਸਤੀਫਾ ਦੇ ਦਿੱਤਾ ਵਾ ਹੁਣ ਤੁਸੀਂ ਜਾਟ ਮਹਾਸਭਾ ਦੇ ਪ੍ਰਧਾਨ ਨਹੀਂ ਹੋ ਨਹੀਂ ਆ ਮੈਂ ਦੂਸਰੇ ਵੀ ਕੀ ਪੰਜਾਬੀ ਗਾਇਕ ਕਿਉਂ ਨਹੀਂ ਸਾਹਮਣੇ ਆ ਰਹੇ ਰੇਸ਼ਮ ਨੂੰ ਮੈਂ ਦੇਖਿਆ ਰੇਸ਼ਮ ਅਨਮੋਲ ਆ ਤੁਹਾਨੂੰ ਦੇਖਿਆ ਇਸ ਤੋਂ ਇਲਾਵਾ ਕਿੱਥੇ ਨੇ ਜਿਹੜੇ ਵੱਡੇ ਵੱਡੇ ਕਲਾਕਾਰ ਅਦਾਕਾਰ ਗਾਇਕ ਜਿਹੜੇ ਪਿਛਲੇ ਅੰਦੋਲਨ ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਕਿਸਾਨ ਆ ਸਾਡੇ ਖੇਤ ਨੇ ਅਸੀਂ ਕਿਸਾਨਾਂ ਨਾਲ ਡਟ ਕੇ ਖੜੇ ਆ ਨਾਮ ਲੈਣ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਨਾਮ ਲੈ ਕੇ ਦੱਸ ਵੀ ਸਕਦੇ ਹੋ ਕਿ ਕਿੱਥੇ ਨੇ ਉਹ ਗਾਏ ਕਿੱਥੇ ਨੇ ਵੇਖੋ ਬੇਸਿਕਲੀ ਗੱਲ ਇਹ ਆ ਵੀ ਜਦੋਂ ਵੀ ਕੋਈ ਵੀ ਕਿਸਾਨਾਂ ਦੇ ਮਸਲੇ ਦੇ ਵਿੱਚ ਜਦੋਂ ਕੋਈ ਸਿੰਗਰ ਆਉਂਦਾ ਆ ਜਾਂ ਕੋਈ ਐਕਟਰ ਆਉਂਦਾ ਆ ਹਨਾ ਔਰ ਉਹਨਾਂ ਦੇ ਨਾਲ ਕਈ ਜਗ੍ਹਾ ਤੇ ਡਿਸਰੈਸਪੈਕਟ ਵੀ ਹੁੰਦੀ ਆ ਠੀਕ ਹੈ ਔਰ ਦੂਜੀ ਗੱਲ ਇਹ ਵੀ ਮੈਂ ਗਈ ਇਸ ਕਰਕੇ ਕਿਉਂਕਿ ਮੇਰੇ ਉੱਥੇ ਪਿੰਡਾਂ ਦੇ ਲੋਕੀ ਵੀ ਬੈਠੇ ਸੀਗੇ ਉਹਨਾਂ ਨੇ ਮੈਨੂੰ ਬੁਲਾਇਆ ਰਾਈਟ ਅੱਬਲ ਤੇ ਪਿਛਲੀ ਵਾਰ ਤੁਸੀਂ ਸੋਚੋ ਕਿਸਾਨ ਅੰਦੋਲਨ ਚ ਸਾਰਿਆਂ ਦੇ ਪਰਚੇ ਹੋਏ ਆ ਮੈਂ ਮੰਨਦੀ ਆ ਸਾਰਿਆਂ ਦੇ ਪਰਚੇ ਹੋਏ ਸੀਗੇ ਮੇਰੇ ਦੇ ਤੇ ਜਸ ਬਾਜਵਾ ਦੇ ਉੱਤੇ ਪਰਚਾ ਹੋਇਆ ਸੀਗਾ ਚੰਡੀਗੜ੍ਹ ਦੇ ਵਿੱਚ ਨੋਨ ਅਵੇਲੇਬਲ ਪਰਚੇ ਸਾਡੇ ਤੇ ਹੋਏ ਸੀਗੇ ਜਿਹੜਾ ਕ੍ਰਾਈਮ ਅਸੀਂ ਕਮੇਟੀ ਨਹੀਂ ਕੀਤਾ ਸੀਗਾ ਚਲੋ ਮੈਂ ਤੇ ਹਰਿਆਣਾ ਸੀਗੀ ਉਸ ਟਾਈਮ ਦੇ ਉੱਤੇ ਉਸ ਚੀਜ਼ ਦੇ ਪਿੱਛੇ ਕੋਈ ਨਹੀਂ ਤੁਰਿਆ ਅਸੀਂ ਸਾਡਾ ਕੰਮ ਆ ਸਾਡਾ ਕਾਰੋਬਾਰ ਆ ਅਸੀਂ ਉਹਨੇ ਬਾਹਰ ਸ਼ੂਟ ਲਾਣ ਜਾਣੇ ਹੁੰਦੇ ਆ ਮੇਰੇ ਵੀ ਬਾਹਰ ਕੋਈ ਸ਼ੂਟਿੰਗ ਹੁੰਦੀ ਆ ਜਾਂ ਕੋਈ ਯਾਤ ਜਿਹਦੇ ਸਿਰ ਦੇ ਉੱਤੇ ਪਰਚੇ ਹੋਣਗੇ ਉਹ ਬਾਹਰ ਟਰੈਵਲ ਨਹੀਂ ਕਰ ਸਕਦਾ ਅਸੀਂ ਰੋਜੀ ਰੋਟੀ ਕਮਾਉਨੇ ਆ ਕਿਤੋਂ ਸਾਡੀ ਰੋਜੀ ਰੋਟੀ ਇਹੀ ਹੈ ਇਸ ਤੋਂ ਇਲਾਵਾ ਕੋਈ ਨਹੀਂ ਹੈਗੀ ਠੀਕ ਹੈ ਉਸ ਤੋਂ ਇਲਾਵਾ ਸਾਨੂੰ ਕਿਤੇ ਪਹਿਲੀ ਦਾ ਠੇਕਾ ਆ ਜਾਂਦਾ ਹੋਊਗਾ ਰਾਈਟ ਕਿਉਂਕਿ ਅਸੀਂ ਜੱਟ ਜ਼ਿੰਮੇਵਾਰ ਫੈਮਲੀ ਨੂੰ ਬਿਲੋਂਗ ਕਰਦੇ ਆ ਰਾਈਟ ਬਟ ਜਦੋਂ ਸਾਡੇ ਪਿੱਛੇ ਕਿਸੇ ਨੇ ਸਟੈਂਡ ਹੀ ਨਹੀਂ ਲਿਆ ਸਾਡੇ ਪਰਚਿਆਂ ਦੇ ਪਿੱਛੇ ਕਿਸੇ ਨੇ ਸਟੈਂਡ ਨਹੀਂ ਲਿਆ ਮੈਂ ਖੁਦ ਆਪਣੀ ਵੀਡੀਓਜ਼ ਚੱਕ ਕੇ ਸੀਡੀ ਬਣਾ ਕੇ ਚਾਲ ਸਾਹਿਬ ਨੂੰ ਦਿੱਤੀ ਹੈ ਵੀ ਮੈਂ ਮੇਰੀ ਲੋਕੇਸ਼ਨ ਇਹ ਸੀਗੀ ਜੀ ਮੈਂ ਇੱਥੇ ਸੀਗੀ ਮੈਂ ਹਰਿਆਣੇ ਸੀਗੀ ਔਰ ਸੱਚਮੁੱਚ ਮੈਂ ਹਰਿਆਣੇ ਸੀਗੀ ਉਸ ਦਿਨ ਔਰ ਮੇਰੇ ਤੇ ਇਹਨਾਂ ਨੇ ਨਜਾਇਜ਼ ਸੈਂਟਰ ਗਵਰਨਮੈਂਟ ਨੇ ਪਰਚੇ ਪਾਏ ਸੀਗੇ ਠੀਕ ਹੈ ਕਿਸੇ ਨੇ ਅਸੀਂ ਖੁਦ ਕੀਤਾ ਚਲੋ ਅਸੀਂ ਖੁਦ ਕੀਤਾ ਮੰਨਦੇ ਹਾਂ ਉਸ ਤੋਂ ਪਹਿਲਾਂ ਯੂਪੀ ਦੇ ਵਿੱਚ ਅੱਧੀ ਰਾਤ ਨੂੰ ਪੰਜਾਂ ਜ਼ਿਲ੍ਹਿਆਂ ਦੀ ਪੁਲਿਸ ਨੇ ਘੇਰ ਲਿਆ ਫੜ ਲਿਆ ਕਿਸੇ ਨੇ ਕੋਈ ਗੱਲ ਕਹੀ ਇਹਨਾਂ ਦੀ ਮੈਂ ਪੰਜਾਬ ਦੀ ਧੀ ਸੀਗੀ ਨਾ ਮੇਰੀ ਮਾਂ ਕਿਹਨ ਕਿਸੇ ਕਿਸਾਨ ਨੇ ਆਵਾਜ਼ ਨਹੀਂ ਚੁੱਕੀ ਕਿਸੇ ਨੇ ਬਾਹ ਨਹੀਂ ਪੜੀ ਨਹੀਂ ਨਹੀਂ ਕਿਸਾਨਾਂ ਦੀ ਨਹੀਂ ਗੱਲ ਕਰੀ ਕਿਸਾਨ ਲੀਡਰ ਨੇ ਲੀਡਰਾਂ ਦੀ ਗੱਲ ਕਰੀ ਕਿਸਾਨ ਲੀਡਰਾਂ ਦੀ ਗੱਲ ਕਰੀ ਕਿਸੇ ਦਾ ਫੋਨ ਨਹੀਂ ਆਇਆ ਨਹੀਂ ਕਿਸਾਨ ਸਗੋਂ ਕਿਸਾਨ ਨਾ ਦਾ ਆਇਆ ਜਿਹੜੇ ਮੇਰੇ ਨਾਲ ਟੈਂਟ 'ਚ ਰਹਿੰਦੇ ਸੀਗੇ ਮੇਰੇ ਲਾਗੇ ਚ ਆਗੇ ਜਿਹੜੇ ਬਜ਼ੁਰਗ ਸੀਗੇ ਕਹਿੰਦੇ ਧੀ ਕਿੱਥੇ ਆ ਸਾਡੀ ਯੂ نو ਉਹਨਾਂ ਦਾ ਆਖਾ ਪੰਚਾਇਤਾਂ ਦੇ ਪ੍ਰਧਾਨਾਂ ਦਾ ਫੋਨ ਆਇਆ ਮੈਨੂੰ ਹਰਿਆਣੇ ਤੋਂ ਸਾਡੀ ਸਾਡੀ ਬੇਟੀ ਕਿੱਥੇ ਆ ਅਸੀਂ ਰੋਡ ਜਮ ਕਰ ਦਿੰਨੇ ਆ ਮਤਲਬ ਤੁਸੀਂ ਸੋਚੋ ਉਹਨਾਂ ਨਾਲੋਂ ਤੇ ਉਹ ਚੰਗੇ ਨੇ ਮੈਨੂੰ ਇਹ ਗੱਲ ਦਾ ਕੋਈ ਮੈਂ ਪਿਛਲੀਆਂ ਗੱਲਾਂ ਮੈਂ ਪੁਲਾਤੀਆਂ ਸਾਰੀਆਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਵੀ ਗੱਲ ਹੈਗੀ ਆ ਕਿ ਜਿਹੜਾ ਦਿਲ ਦੇ ਵਿੱਚ ਗੱਲਾਂ ਹੈਗੀਆਂ ਆ ਸਾਰਿਆਂ ਦੇ ਕਿਉਂਕਿ ਹਰ ਕੋਈ ਬੰਦਾ ਯਾਰ ਆਪਣਾ ਕੰਮ ਕਰਨ ੜਿਆ ਆਪਣਾ ਕਾਰੋਬਾਰ ਕਰਨ ੜਿਆ ਆ ਉੱਤੋਂ ਸੈਂਟਰ ਦਾ ਇੰਨਾ ਪ੍ਰੈਸ਼ਰ ਹੁੰਦਾ ਆ ਕਿ ਅਸੀਂ ਈਡੀ ਦੀ ਰੇਟ ਪਾ ਦਾਂਗੇ ਅਸੀਂ ਤੁਹਾਡਾ ਕੰਮ ਅਫੈਕਟ ਕਰ ਦਿੰਦੇ ਆ ਉਹ ਕਿਸੇ ਤਰੀਕੇ ਦੇ ਨਾਲ ਫੇਰ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਬਸਲੂਕੀ ਕਰਦੇ ਹੋ ਅਗਲੇ ਆਰਟਿਸਟ ਦੇ ਨਾਲ ਆਪਾਂ ਜਿਹੜੀ ਕਿਸਾਨ ਜੱਥੇਬੰਦੀ ਬਣਾਉਣੀ ਆ ਜਾਂ ਅਸੀਂ ਕਿਹੜੇ ਲੀਡਰ ਬੰਨਾ ਆ ਅਸੀਂ ਤੇ ਸਿਰਫ ਆਏ ਆ ਆਪਣੇ ਅਨਦਾਤਾ ਨੂੰ ਸਪੋਰਟ ਕਰਨ ਵਾਸਤੇ ਆਪਣੇ ਬਜ਼ੁਰਗਾਂ ਨੂੰ ਸਪੋਰਟ ਕਰਨ ਵਾਸਤੇ ਹਨਾ ਤੁਹਾਨੂੰ ਥੋੜੀ ਜਿਹੀ ਇੱਜ਼ਤ ਮਾਨ ਕਰਨੀ ਚਾਹੀਦੀ ਨਾ ਉਹਨਾਂ ਦੀ ਤੁਸੀਂ ਕਿਸੇ ਗਾਇਕ ਨਾਲ ਗੱਲ ਕੀਤੀ ਜਾਂ ਕਿਸੇ ਐਕਟਰ ਨਾਲ ਗੱਲ ਕੀਤੀ ਕਿ ਅੱਗੇ ਆਣਾ ਚਾਹੀਦਾ ਜਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਮਨਾ ਕੀਤਾ ਹੋਵੇ ਕਿਸੇ ਨੇ ਕਿ ਸੁਣੀਆ ਉਸ ਦਿਨ ਖਨੋਰੀ ਬਾਰਡਰ ਤੇ ਨੇ ਦੇਖਿਆ ਤੂੰ ਨਾ ਅੱਗੇ ਜਾ ਸਾਡਾ ਵੀ ਨੁਕਸਾਨ ਹੋਇਆ ਤੇਰਾ ਵੀ ਨੁਕਸਾਨ ਵੇਖੋ ਮੈਨੂੰ ਮੇਰੇ ਜਿਹੜੇ ਮੇਰੇ ਜਿਹੜੇ ਦੋਸਤ ਹੈ ਉਹਨਾਂ ਨੂੰ ਮੇਰੀ ਫਿਕਰ ਹੈ ਹਨਾ ਉਹ ਮੈਨੂੰ ਇਹੀ ਕਹਿੰਦੇ ਆ ਵੀ ਤੂੰ ਕਿਉਂ ਆਪਣੀ ਜਾਨ ਗਵਾਉਣਾ ਚਾਹੁੰਨੇ ਆ ਕਿਸ ਚੀਜ਼ ਦੇ ਉੱਤੇ ਹਨਾ ਵੀ ਤੈਨੂੰ ਗਾਲਾਂ ਹੀ ਪੈਣੀਆਂ ਆ ਬਾਅਦ ਦੇ ਵਿੱਚ ਵੀ ਤੂੰ ਕਿਉਂ ਆਪਣੇ ਆਪ ਤੂੰ ਟ੍ਰੋਲ ਹੋਣਾ ਚਾਹੁੰਦੀ ਹੈ ਆਪਣਾ ਕੰਮ ਕਰ ਕੀ ਲੋੜ ਹੈ ਤੈਨੂੰ ਹਨਾ ਮੈਨੂੰ ਇਹ ਕਹਿੰਦੇ ਤੂੰ ਜਾਣਾ ਹੀ ਆ ਉਵੇਂ ਮਿਲ ਕੇ ਆ ਜਾ ਕਰ ਤੂੰ ਉਹਨਾਂ ਦੀ ਪੋਸਟ ਪਾ ਦਿਆ ਕਰ ਮੈਨੂੰ ਇਹ ਕਹਿੰਦੇ ਨੇ ਬਟ ਮੈਂ ਇਹ ਗੱਲ ਨੂੰ ਸੋਚਦੀ ਆ ਵੀ ਮੈਂ ਬਹੁਤ ਇਮੋਸ਼ਨਲ ਆ ਮੈਂ ਜਿਹੜੇ ਬਜ਼ੁਰਗਾਂ ਦੇ ਨਾਲ ਮੈਂ ਵਾਅਦਾ ਕੀਤਾ ਸੀਗਾ ਮੈਂ ਉਹਨਾਂ ਨਾਲ ਉਹਦੋਂ ਖੜੀ ਸੀਗੀ ਜਦੋਂ ਤੁਸੀਂ ਟ੍ਰੋਲ ਹੁੰਦੇ ਹੋ ਬੁਰਾ ਲੱਗਦਾ ਜਾਂ ਕਿਵੇਂ ਨਹੀਂ ਮੈਨੂੰ ਬੁਰਾ ਹੁਣ ਪਹਿਲਾਂ ਬਹੁਤ ਲੱਗਦਾ ਸੀਗਾ ਮੰ ਜਦੋਂ స్టార్ਟਿੰਗ ਸੀਗੀ ਨਾ ਉਦੋਂ ਮੈਨੂੰ ਇਹ ਸਾਰੀਆਂ ਚੀਜ਼ਾਂ ਦੀ ਆਦਤ ਨਹੀਂ ਸੀਗੀ ਮੈਨੂੰ ਪਤਾ ਨਹੀਂ ਸੀਗਾ ਵੀ ਇਹ ਸਭ ਕੁਝ ਕੀ ਹੁੰਦਾ ਆ ਕੀ ਨਹੀਂ ਹੁੰਦਾ ਬਟ ਹੁਣ ਮੈਨੂੰ ਇਹ ਪਤਾ ਲੱਗ ਚੁੱਕਿਆ ਵੀ ਇਹ ਇਹ ਆਈਟੀ ਸੈਲਸ ਨੇ ਜਿਹੜੇ ਕੰਟਰੋਲ ਕਰਦੇ ਨੇ ਤੁਹਾਨੂੰ ਮਤਲਬ ਤੁਹਾਡਾ ਮਨੋਬਲ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਨੇ ਬਟ ਮੈਨੂੰ ਹੁਣ ਇਹ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਪੰਜਾਬੀ ਗਾਇਕ ਆ ਜਾਂ ਪੰਜਾਬੀ ਕਲਾਕਾਰਾਂ ਨੂੰ ਕੀ ਕਹਿਣਾ ਚਾਹੋਗੇ ਐਜ਼ ਇਹ ਤੁਸੀਂ ਇੰਡਸਟਰੀ ਚ ਉਹਨਾਂ ਦੇ ਕੁਲੀਗ ਹੋ ਕੀ ਕਹਿਣਾ ਚਾਹੋਗੇ ਮੈਂ ਇਹ ਗੱਲ ਕਹਿਣਾ ਚਾਹੁੰਦੀ ਆਂ ਵੀ ਤੁਹਾਨੂੰ ਜਾਣਾ ਚਾਹੀਦਾ ਉਹ ਬਜ਼ੁਰਗ ਵਿਚਾਰੇ ਤੁਹਾਡੀ ਵੇਟ ਕਰਦੇ ਨੇ ਹਨਾ ਉਹ ਇੱਕ ਇੱਕ ਬੰਦੇ ਨੂੰ ਤੁਹਾਡਾ ਹੌਸਲਾ ਹੋ ਜਾਂਦਾ ਜਦੋਂ ਤੁਸੀਂ ਜਾਂਦੇ ਹੋ ਉਹਨਾਂ ਨੂੰ ਮਿਲ ਆਇਆ ਕਰੋ ਬਸ ਮੈਂ ਇਹੀ ਕਹਿਣਾ ਚਾਹੂੰਗੀ ਕਿਸੇ ਸਿੰਗਰ ਦਾ ਨਾਮ ਲੈ ਸਕਦੇ ਜਿਨਨੇ ਕਿਹਾ ਹੋਵੇ ਕਿ ਕੱਲ ਨੂੰ ਫਿਰ ਸੈਂਟਰ ਤੱਕ ਕਰੇਗੀ ਜਾਂ ਮੈਨੂੰ ਤੰਗ ਕੀਤਾ ਨਹੀਂ ਕਿਸੇ ਨੇ ਨਹੀਂ ਕਿਹਾ ਮੈਨੂੰ ਇਹ ਗੱਲ ਨਾ ਇਹ ਗੱਲ ਕਿਸੇ ਨੇ ਨਹੀਂ ਕਹੀਆਂ ਸਾਡੇ ਮਤਲਬ ਜਿਹੜੇ ਸਿੰਗਰ ਹੈ ਉਹ ਇਹੋ ਜਿਹੇ ਨਹੀਂ ਹੈਗੇ ਵੀ ਉਹ ਸੈਂਟਰ ਤੋਂ ਡਰ ਜਾਣਗੇ ਸੈਂਟਰ ਤੋਂ ਡਰਨ ਵਾਲੀ ਪੰਜਾਬੀ ਇੰਡਸਟਰੀ ਨਹੀਂ ਹੈਗੀ ਠੀਕ ਹੈ ਉਹ ਬਸ ਇੱਕ ਰਿਸਪੈਕਟ ਪਾਲਦੇ ਨੇ ਇੱਜ਼ਤ ਪਾਲਦੇ ਨੇ ਹੋਰ ਕੁਝ ਨਹੀਂ ਔਰ ਮੈਨੂੰ ਲੱਗਦਾ ਇੱਜ਼ਤ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਮਤਲਬ ਜਦੋਂ ਤੁਸੀਂ ਕਿਸੇ ਨੂੰ ਹੂਟਿੰਗ ਕਰਦੇ ਹੋ ਟਰੋਲ ਕਰਦੇ ਹੋ ਹਨਾ ਜਦੋਂ ਤੁਸੀਂ ਕਿਸੇ ਨੂੰ ਕੋਈ ਜਾਂਦਾ ਆ ਤੇ ਕਿਸੇ ਦਾ ਮਨੋਬਲ ਚੱਕਦੇ ਹੋ ਉਹ ਉਹ ਗੱਲਾਂ ਗਲਤ ਹੁੰਦੀਆਂ ਹਨ ਵੀ ਕੋਈ ਇੱਜ਼ਤਮਾਨ ਨਾਲ ਜਾਂਦਾ ਉਹਦੀ ਰਿਸਪੈਕਟ ਕਰਨੀ ਚਾਹੀਦੀ ਆ ਅੰਦੋਲਨ ਕਿਸ ਪਾਸੇ ਚੱਲ ਗਿਆ ਕਿ ਦਿੱਲੀ ਕੂਚ ਕਰਨਾ ਚਾਹੀਦਾ ਹੈ ਜਾਂ ਇਸ ਜਗ੍ਹਾ ਦੇ ਉੱਤੇ ਹੀ ਬੈਠਣਾ ਚਾਹੀਦਾ ਵੈ ਜਾਂ ਕਿਸ ਪਾਸੇ ਤੁਹਾਨੂੰ ਅੰਦੋਲਨ ਮੈਨੂੰ ਇਹ ਲੱਗਦਾ ਵੀ ਵੇਖੋ ਦਿੱਲੀ ਜਾ ਕੇ ਆਪਾਂ ਕੀ ਉਖਾੜ ਲਾਂਗੇ ਇਹਨਾਂ ਨੇ ਬੜੀਆਂ ਸਾਜ਼ਿਸ਼ਾਂ ਸਾਡੇ ਵਾਸਤੇ ਰਚੀਆਂ ਹੋਈਆਂ ਨੇ ਦਿੱਲੀ ਵਾਸਤੇ ਸੋ ਇਸ ਕਰਕੇ ਬੇਸਿਕਲੀ ਮੈਨੂੰ ਇਹ ਲੱਗਦਾ ਹੈ ਕਿ ਆਪਾਂ ਨੂੰ ਪੰਜਾਬ ਹੀ ਪੰਜਾਬ ਦੇ ਜਿਹੜੇ ਦੂਜੇ ਜਿਹੜੇ ਰਸਤੇ ਨੇ ਹਿਮਾਚਲ ਦੇ ਰਾਜਸਥਾਨ ਨੂੰ ਜੰਮੂ ਨੂੰ ਜਾਣ ਵਾਲੇ ਬੰਦ ਕਰ ਦੇਣੇ ਚਾਹੀਦੇ ਨੇ ਔਰ ਪੀਸਫੁਲੀ ਬੈਹ ਜਾਣਾ ਚਾਹੀਦਾ ਨੇ ਜਦੋਂ ਤਿੰਨ ਸਟੇਟਾਂ ਅਫੈਕਟ ਹੋਣਗੀਆਂ ਤੇ ਮੈਨੂੰ ਲੱਗਦਾ ਸ਼ਾਂਤ ਇਕ ਕਰਾਪੇ ਮੰਨ ਜਾਣਗੇ ਆਪਾਂ ਨੂੰ ਕੀ ਲੋੜ ਹੈ ਇਹਨਾਂ ਦੇ ਨਾਲ ਕਿਉਂਕਿ ਇਹ 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 ਆਪਾ ਲੋਕਤੰਤਰ ਦੇ ਵਿੱਚ ਨਹੀਂ ਰਹਿੰਦੇ ਪਏ ਇਹ ਲੋਕਤੰਤਰ ਦਾ ਕਹਾਣ ਹੈ ਇਸ ਟਾਈਮ ਦੇ ਉੱਤੇ ਕਿਉਂਕਿ ਵੇਖੋ ਤੁਸੀਂ ਕੀ ਹੋ ਰਿਹਾ ਹੈ ਇਹ ਪੀਸਫੁੱਲ ਪ੍ਰੋਟੈਸਟ ਕਰਨ ਹੀ ਨਹੀਂ ਦੇ ਰਿਹਾ ਆਪਾਂ ਨੂੰ ਸਾਡੇ ਕੋਲ ਹੈਗਾ ਕਿ ਕਿਸਾਨਾਂ ਦੇ ਕੋਲ ਇੱਕ ਜੰਡਾ ਝੰਡਾ ਆ ਤੇ ਇੱਕ ਡੰਡਾ ਆ ਹੋਰ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਪੀਸਫੁੱਲ ਅੰਦੋਲਨ ਕਰਨਾ ਚਾਹੀਦਾ ਹੈ ਜਿਹੜਾ ਲਾਸਟ ਪ੍ਰਪੋਜ਼ਲ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਹੁਣ ਬਿਲਕੁਲ ਹੇਠਲੇ ਪੱਧਰ ਤੇ ਆ ਗਿਆ ਪਾਣੀ ਖਤਮ ਹੋਣ ਦੀ ਗੱਲ ਤੇ ਹੈ ਰਿਪੋਰਟਾਂ ਇਹ ਦੱਸਦੀਆਂ ਮਾਹਰ ਇਹ ਦੱਸਦੇ ਨੇ ਕਿ ਜੇ ਝੋਨਾ ਬੀਜਦੇ ਰਹੇ ਤਾਂ ਫਿਰ ਪਾਣੀ ਮੁੱਕ ਜਾਣਾ ਪੰਜਾਬ ਦੇ ਵਿੱਚ ਜਿਹੜੀ ਇੱਕ ਲਾਸਟ ਜਿਹੜਾ ਪ੍ਰਸਤਾਵ ਦਿੱਤਾ ਗਿਆ ਸੀਗਾ ਸੈਂਟਰ ਦੇ ਵੱਲੋਂ ਕਿ ਪੰਜ ਫਸਲਾਂ ਤੇ ਅਸੀਂ ਐਮਐਸਪੀ ਦਿੰਨੇ ਆ ਪੂਰੀ ਫਸਲ ਚੱਕਾਂਗੇ ਕੋਟਨ ਦਾ ਜ਼ਿਕਰ ਕੀਤਾ ਉਹਨਾਂ ਨੇ ਦਾਲਾਂ ਦਾ ਜ਼ਿਕਰ ਕੀਤਾ ਤੁਹਾਨੂੰ ਲੱਗਦਾ ਇਹ ਪ੍ਰਪੋਜ਼ਲ ਫਾਇਦੇਮੰਦ ਹੈ ਤੁਹਾਨੂੰ ਲੱਗਦਾ ਹੈ ਕਿ ਝੋਨੇ ਤੋਂ ਬਾਹਰ ਨਿਕਲਣ ਦਾ ਫਾਇਦਾ ਹੋਏਗਾ ਜਿਹੜਾ ਅਸੀਂ ਕਹਿੰਨੇ ਆ ਕਿ ਦੂਜੇ ਪਾਸੇ ਝੋਨੇ ਤੋਂ ਬਾਹਰ ਨਿਕਲ ਕੇ ਦੂਜੀਆਂ ਫਸਲਾਂ ਬੀਜਣੀ ਹੈ ਇਹ ਪ੍ਰਪੋਜ਼ਲ ਸਹੀ ਲੱਗਦਾ ਹੈ ਜਾਂ ਗਲਤ ਲੱਗਦਾ ਵੇਖੋ ਬਿਲਕੁਲ ਸਹੀ ਹੈ ਮੈਂ ਕਿਉਂਕਿ ਨਹੀਂ ਝੋਨਾ ਵੀ ਬੀਚਣਾ ਚਾਹੀਦਾ ਹੈ ਮੈਂ ਨਹੀਂ ਕਹਿੰਦੀ ਕਿ ਝੋਨਾ ਨਹੀਂ ਬੀਜਣਾ ਚਾਹੀਦਾ ਸੀ ਬਿਲਕੁਲ ਸੈਂਟਰ ਦੇ ਇਸ ਪ੍ਰਪੋਜ਼ਲ ਨੂੰ ਕਿਵੇਂ ਦੇਖਦੇ ਹੋ ਵੇਖੋ ਸੈਂਟਰ ਨੇ ਜਿਹੜਾ ਪ੍ਰਪੋਜ਼ ਉਹਨਾਂ ਨੇ ਕਿਹਾ ਵੀ ਵੇਖੋ ਜੇ ਤੁਸੀਂ ਇਸ ਫਸਲਾਂ ਦੇ ਉੱਤੇ ਐਮਐਸਪੀ ਲੈਂਦੇ ਹੋ ਤੇ ਤੁਸੀਂ ਝੋਨਾ ਨਹੀਂ ਬੀਜ ਸਕਦੇ। ਨਹੀਂ ਝੋਨਾ ਵੀ ਬੀਜ ਸਕਦੇ। ਜੇ ਝੋਨਾ ਬੀਜ ਸਕਦੇ ਹੋ ਮੈਨੂੰ ਉਸ ਚੀਜ਼ ਤੋਂ ਕੋਈ ਆਬਜੈਕਸ਼ਨ ਨਹੀਂ ਕਿਉਂਕਿ ਵੇਖੋ ਡਿਵਰਸਿਫਿਕੇਸ਼ਨ ਆਫ ਕ੍ਰੌਪਸ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਕੱਲਾ ਝੋਨਾ ਤੇ ਕਣਕ ਹੀ ਬੀਦੇ ਰਹਿੰਦੇ ਹੋ ਮੈਨੂੰ ਲੱਗਦਾ ਦਾਲਾਂ ਵੀ ਗਾਉਣੀਆਂ ਚਾਹੀਦੀਆਂ ਨੇ ਹਨਾ ਕਪਾਹ ਵੀ ਇਹ ਹੀ ਪ੍ਰਪੋਜ਼ਲ ਦਿੱਤਾ ਉਹਨਾਂ ਨੇ ਕਿ ਝੋਨੇ ਹੀ ਕਣਕ ਦੇ ਨਾਲ 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 ਦਾਲਾਂ ਬੀਜੋ ਫੋਟੋ ਵੀ ਬੀਜੋ ਨਹੀਂ ਉਹਨਾਂ ਨੇ ਉਹਨਾਂ ਨੇ ਇਹ ਪ੍ਰਪੋਜ਼ਲ ਨਹੀਂ ਦਿੱਤਾ ਨਹੀਂ ਉਹਨਾਂ ਨੇ ਉਹਨਾਂ ਨੇ ਜਿਹੜੀ ਜਿਹੜੀ ਪ੍ਰਪੋਜ਼ਲ ਦਿੱਤਾ ਨਾ ਜੋ 5 ਸਾਲ ਦੀ ਗਰੰਟੀ ਦਿੱਤੀ ਝੋਨੇ ਕਣਕ ਦੇ ਨਾਲ 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 ਇਹਦਾ ਇਹਦਾ ਵੇਖੋ ਮੇਰੀ ਗੱਲ ਸੁਣੋ ਪਹਿਲੀ ਗੱਲ ਤੇ ਆ 5 ਸਾਲ ਕਿੰਨੇ ਵੇਖੇ ਆ ਆਪਾਂ ਨੂੰ ਇਸ ਚ ਜੇ ਤੁਸੀਂ ਰੋਟੀ ਖਾਣੀ ਨਹੀਂ ਬੰਦ ਕਰ ਸਕਦੇ ਪੰਜ ਸਾਲ ਵਾਸੀ ਰੋਟੀ ਖਾਓਗੇ ਦੱਸੋ ਤੁਸੀਂ ਮੈਨੂੰ ਨਹੀਂ ਉਹ ਕਹਿ ਰਹੇ ਕਿ ਜਿਹੜੀਆਂ ਸਾਡੀਆਂ ਸੈਂਟਰ ਦੀਆਂ ਏਜੰਸੀਆਂ ਨੇ ਉਹ ਜਿਵੇਂ ਪਹਿਲਾਂ ਝੋਨਾ ਤੇ ਕਣਕ ਚੁਕਦੀਆਂ ਨੇ ਉਦਾਂ ਹੀ ਤੁਹਾਡੀ ਇਹ ਫਸਲ ਚੁਕਿਆ ਕਰਨਗੇ ਨਹੀਂ ਸਾਨੂੰ ਲੋੜ ਹੀ ਨਹੀਂ ਸੈਂਟਰ ਦੀ ਵੇਖੋ ਮੇਰੀ ਗੱਲ ਸੁਣੋ ਪਹਿਲੀ ਗੱਲ ਆ ਆਪਾਂ ਪੰਜਾਬ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਨਹੀਂ ਚਾਹੁੰਦੇ ਕਿਸੇ ਵੀ ਲੈਵਲ ਦੇ ਉੱਤੇ ਨਾ ਸਾਨੂੰ ਅੰਬਾਨੀ ਨੰਦਾਨੀ ਚਾਹੀਦੇ ਆ ਸਾਨੂੰ ਪੂੰਜੀਪਤੀ ਲੋਕਾਂ ਤੋਂ ਨਫ਼ਰਤ ਆ ਠੀਕ ਹੈ ਇਹਨਾਂ ਨੇ ਕਦੀ ਵੀ ਸਾਡੇ ਪੰਜਾਬ ਦੇ ਹਿੱਤ ਦੇ ਵਿੱਚ ਗੱਲ ਕਦੀ ਸੋਚੀ ਨਹੀਂ ਸਾਨੂੰ ਸਾਡੀਆਂ ਸਰਕਾਰੀ ਮੰਡੀਆਂ ਹੀ ਚਾਹੀਦੀਆਂ ਨੇ ਜਿਹੜੀਆਂ ਕਿ ਕਿਸਾਨਾਂ ਵਾਸਤੇ ਹਮਾਇਤੀ ਨੇ ਨਹੀਂ ਉਹ ਕਹ ਰਹੇ ਜਿਵੇਂ ਅਸੀਂ ਝੋਨਾ ਤੇ ਕਣਕ ਚੱਕਦੇ ਆ ਨਾ ਏਜੰਸੀ ਦੇ ਜ਼ਰੀਏ ਚੁੱਕੇ ਜਾਂਦੇ ਉਦਾਂ ਹੀ ਅਸੀਂ ਆ ਵੀ ਪੰਜ ਫਸਲਾਂ ਚੁੱਕਾਂਗੇ ਉਹਨਾਂ ਨੇ ਇਹ ਗੱਲ ਕਹੀ ਹੈ ਉਹ ਠੀਕ ਹੈ ਬਟ ਉਸ ਦੇ ਨਾਲ ਉਹਨਾਂ ਨੇ 5 ਸਾਲ ਦਾ ਪੀਰੀਅਡ ਆਫ ਟਾਈਮ ਕਹਿਤਾ ਜਿਹੜਾ 5 ਸਾਲ ਦਾ ਪੀਰੀਅਡ ਆਫ ਟਾਈਮ ਹੈ ਨਾ ਵੇਖੋ ਪੰਜਾਂ ਸਾਲਾਂ ਬਾਅਦ ਲੋਕਾਂ ਨੇ ਰੋਟੀ ਤੇ ਨਹੀਂ ਨਾ ਖਾਣੀ ਬੰਦ ਕਰ ਦੇਣੀ ਸੋ ਇਸ ਕਰਕੇ ਇਹ ਇੱਕ ਪ੍ਰੋਪਰ ਕਾਨੂੰਨ ਮੰਨਣਾ ਚਾਹੀਦਾ ਆ ਕਿ ਜਿਹੜੀ ਐ ਐਮਐਸਪੀ ਹੈ ਕਿਸਾਨਾਂ ਨੂੰ ਲਗਾਤਾਰ ਮਿਲਣੀ ਚਾਹੀਦੀ ਇਹਦਾ ਇੱਕ ਪ੍ਰੋਪਰ ਕਾਨੂੰਨ ਹੋਣਾ ਚਾਹੀਦਾ ਜਿਵੇਂ ਪੰਜ ਕਾਨੂੰਨ ਇਹਨਾਂ ਨੇ ਜਿਹੜੀ ਆਪਾਂ ਤਿੰਨ ਕਾਨੂੰਨ ਜਿਹੜੇ ਅਸੀਂ ਕੈਨਸਲ ਕਰਵਾਏ ਸੀਗੇ ਜਿਹੜੇ ਇਹਨਾਂ ਨੇ ਦਿੱਤੇ ਸੀਗੇ ਕਾਲੇ ਕਾਨੂੰਨ ਇਸੇ ਤਰੀਕੇ ਦੇ ਨਾਲ ਇੱਕ ਸੰਵਧਾਨ ਪਾਸ ਹੋਣਾ ਚਾਹੀਦਾ ਹੈ ਪਾਰਲੀਮੈਂਟ ਦੇ ਵਿੱਚ ਔਰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਹਾਂ ਜਿਹੜੀਆਂ ਬਾਕੀ ਫਸਲਾਂ ਦੇ ਉੱਤੇ ਐਮਐਸਪੀ ਉਹ ਪੱਕੀ ਰਹੂਗੀ ਕੋਈ ਪੰਨਿਆ ਪੁੰਨਿਆ ਸਾਲਾਂ ਵਾਲੀ ਗੱਲ ਨਹੀਂ ਹਮੇਸ਼ਾ ਵਾਸਤੇ ਕੀ ਸੋਨੀਆ ਮਾਨ ਇਲੈਕਸ਼ਨ ਲੜਨਗੇ ਸਿਆਸਤ ਚਾਣਗੇ ਵੇਖੋ ਮੇਰੀ ਗੱਲ ਸੁਣੋ ਇਹ ਨਾ ਫਾਲਤੂ ਦੀਆਂ ਗੱਲਾਂ ਆ ਠੀਕ ਆ ਇਲੈਕਸ਼ਨ ਲੜਨਗੇ ਨਹੀਂ ਲੜਨਗੇ ਮੈਨੂੰ ਇੱਕ ਗੱਲ ਦੱਸੋ ਇਹ ਕਿੱਡਾ ਕੁ ਵੱਡਾ ਮੁੱਦਾ ਆ ਇਸ ਟਾਈਮ ਦੇ ਉੱਤੇ ਜਿਹੜਾ ਮੁੱਦਾ ਆ ਨਾ ਉਹ ਮੁੱਦਾ ਹੈਗਾ ਕਿਸਾਨਾਂ ਦਾ ਰਾਈਟ ਨਾਉ ਜਿਹੜੀ ਮੈਂ ਗੱਲ ਕਰ ਰਹੀ ਆ ਠੀਕ ਹੈ ਕਿ ਮੈਂ ਇਸ ਕਰਕੇ ਸਵਾਲ ਸਿਗਾ ਕਿਉਂਕਿ ਕੁਝ ਸਿਆਸੀ ਪਾਰਟੀਆਂ ਤੁਹਾਨੂੰ ਅਪਰੋਚ ਕਰ ਰਹੀਆਂ ਨੇ ਵੇਖੋ ਮੇਰੀ ਗੱਲ ਸੁਣੋ ਹੁਣ ਤੱਕ ਤੁਸੀਂ ਨਾਮ ਤਾਂ ਨਹੀਂ ਦੱਸੋਗੇ ਲੇਕਿਨ ਅਗਰ ਦੱਸ ਸਕੋ ਕਿ ਕਿੰਨੇ ਕਿੰਨੇ ਅਪਰੋਚ ਕੀਤਾ ਔਰ ਤੁਹਾਡੇ ਜਿਹੜੇ ਸਾਥੀ ਨੇ ਉਹ ਕਹਿੰਦੇ ਕਿ ਸੋਨੀਆ ਮਾਨ ਜਿਸ ਤਰੀਕੇ ਨਾਲ ਬਲੰਟ ਬੋਲਦੀ ਹੈ ਸੋਨੀਆ ਮਾਨ ਜਿਸ ਤਰੀਕੇ ਨਾਲ ਆਪਣੀ ਗੱਲ ਰੱਖਦੀ ਹੈ ਕਿਸਾਨਾਂ 'ਚ ਵੀ ਹੈ ਇਲੈਕਸ਼ਨ ਲੜਨਾ ਚਾਹੀਦਾ ਵੇਖੋ ਮੇਰੀ ਗੱਲ ਸੁਣੋ ਇਲੈਕਸ਼ਨ ਲੜਨਾ ਚਾਹੀਦਾ ਮੈਨੂੰ ਨਾ ਤੇ ਕਿਸੇ ਪਾਰਟੀ ਨੇ ਐਵੇਂ ਆ ਝੂਠੀਆਂ ਗੱਲਾਂ ਝੂਠੀਆਂ افਵਾਹਾਂ ਨਾ ਕਿਸੇ ਨੇ ਅਪਰੋਚ ਕੀਤਾ ਨਾ ਮੈਨੂੰ ਕੋਈ ਕਹਿੰਦਾ ਪਿਆ ਤੇ ਨਾ ਕੋਸ਼ਿਸ਼ ਪਿਛਲੀ ਵਾਰੀ ਜਰੂਰ ਅਪਰੋਚ ਕਰਦੇ ਸੀਗੇ ਤੇ ਮੈਂ ਮਨਾਂ ਕਰਤਾ ਸੀ ਪਿਛਲੀ ਵਾਰੀ ਤੇ ਆਮ ਆਦਮੀ ਪਾਰਟੀ ਨੇ ਵੀ ਕੀਤਾ ਸੀਗਾ ਔਰ ਇਨਫੈਕਟ ਆਮ ਆਦਮੀ ਪਾਰਟੀ ਤੋਂ ਮੈਂ ਲੜ ਵੀ ਰਹੀ ਸੀਗੀ ਆ ਬੀਜੇਪੀ ਨੇ ਵੀ ਕੀਤਾ ਸੀਗਾ ਕਾਂਗਰਸ ਨੇ ਵੀ ਕੀਤਾ ਸੀਗਾ ਮੈਂ ਨਹੀਂ ਲੜੀ ਇਲੈਕਸ਼ਨ ਠੀਕ ਹੈ ਔਰ ਮੈਨੂੰ ਇਸ ਟਾਈਮ ਦੇ ਉੱਤੇ ਨਾ ਇਲੈਕਸ਼ਨ ਦੀ ਤੇ ਮੈਂ ਗੱਲ ਸੋਚੀ ਵੀ ਨਹੀਂ ਤੁਸੀਂ ਗੱਲ ਮੈਂ ਸਿਰਫ ਆਪਣੇ ਕਿਸਾਨਾਂ ਦੀ ਗੱਲ ਕਰ ਰਹੀ ਹਾਂ ਜਿਹੜੀ ਮੈਨੂੰ ਸਿਆਸਤ 'ਚ ਬਿਲਕੁਲ ਨਹੀਂ ਆਉਣਾ ਮੇਰਾ ਪ੍ਰੋਫੈਸ਼ਨ ਮੇਰਾ ਕਰੀਅਰ ਫਿਲਮ ਇੰਡਸਟਰੀ ਨਹੀਂ ਇਹ ਗੱਲ ਵੇਖੋ ਮੇਰੀ ਗੱਲ ਸੁਣੋ ਇਹ ਗੱਲਾਂ ਨੂੰ ਮੈਂ ਕਿਉਂ ਕਰਾਂ ਕਿ ਮੈਂ ਸਿਆਸਤ 'ਚ ਨਹੀਂ ਆਉਣਾ ਜਾਂ ਮੈਂ ਕਿਸਾਨੀ ਧਰਨੇ ਤੇ ਨਹੀਂ ਜਾਣਾ ਜਾਂ ਮੈਂ ਫਿਲਮ ਨਹੀਂ ਕਰਨੀ ਜਾਂ ਮੈਂ ਸਾਰਾ ਕੁਝ ਨਹੀਂ ਕਰਨਾ ਇਹ ਗੱਲਾਂ ਮੈਂ ਕਿਉਂ ਕਹਾਂ ਵਾਈ ਵਿਲ ਆਈ ਲੋਕਾਂ ਦੇ ਹੱਕ ਦੇ ਵਾਸਤੇ ਲੋਕਾਂ ਦੀ ਸੋਚ ਵਾਸਤੇ ਜੇ ਕੁਝ ਕਰਨਾ ਪਿਆ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਮੈਂ ਜ਼ਰੂਰ ਕਰੂੰਗੀ ਜਿੱਤੇ ਲੋਕਾਂ ਚਾਹਣਾ ਪਿਆ ਲੋਕਾਂ ਵਾਸਤੇ ਲੋਕਾਂ ਵਾਸਤੇ ਜੋ ਵੀ ਮੈਨੂੰ ਕੁਝ ਕਰਨਾ ਪਿਆ ਮੇਰੇ ਕਿਸਾਨਾਂ ਵਾਸਤੇ ਕੁਝ ਵੀ ਕਰਨਾ ਪਿਆ ਆਫ ਕੋਰਸ ਆਈ ਵਿਲ ਡੂ ਇਟ ਵਾਈ ਵਿਲ ਨਾਟ ਮੈਂ ਜੇ ਆ ਗੱਲ ਇੱਥੇ ਰੱਖ ਕੇ ਐਕਟ੍ਰੈਸ ਹੋ ਕੇ ਮੈਂ ਆ ਗੱਲਾਂ ਰੱਖ ਸਕਦੀ ਹਾਂ ਤੇ ਮੈਂ ਬਾਅਦ ਦੇ ਵਿੱਚ ਕਿਤੇ ਕਿਉਂ ਨਹੀਂ ਰੱਖ ਸਕਦੀ ਮੈਂ ਹਰ ਕਿਤੇ ਰੱਖੂੰਗੀ ਹਮੇਸ਼ਾ ਰੱਖਦੀ ਰਹੂੰਗੀ ਜਦੋਂ ਤੁਸੀਂ ਕਿਸਾਨੀ ਦੀ ਵਾਅਦਾ ਚੁੱਕਦੇ ਹੋ ਫਿਲਮ ਇੰਡਸਟਰੀ ਦਾ ਰਿਐਕਸ਼ਨ ਕਿਵੇਂ ਦਾ ਹੁੰਦਾ ਹੈ ਫਿਲਮਾਂ ਮਿਲ ਨਹੀਂ ਬੰਦ ਤਾਂ ਨਹੀਂ ਹੋ ਜਾਂਦੀਆਂ ਜਾਂ ਤੁਹਾਡੀ ਲਾਈਨ ਉਸ ਪਾਸੇ ਬਿਲਕੁਲ ਰੂਟੀਨ ਲਾਈਫ ਚੱਲ ਰਹੀ ਹੈ ਜਾਂ ਕੋਈ ਅਸਰ ਪਿਆ ਹੋਇਆ ਹੈ ਤੁਹਾਡੇ ਇੰਪੈਕਟ ਪਿਆ ਹੋਇਆ ਹੈ ਫਿਲਮ ਇੰਡਸਟਰੀ ਲਾਈਨ ਦੇ ਵਿੱਚ ਵੇਖੋ ਉੱਤੇ ਅਸਰ ਤੇ ਪੈਂਦਾ ਹੀ ਹੈ ਆਬਵੀਅਸਲੀ ਕਿਉਂਕਿ ਸਾਡੀ ਜਿਹੜੀ ਇੰਡਸਟਰੀ ਹੈ ਬਾਲੀਵੁੱਡ ਨੂੰ ਤੁਸੀਂ ਅਸੀਂ ਲੈ ਆਈ ਲੋਗੀ ਪੂੰਜੀਪਤੀ ਜਿਹੜੇ ਆ ਉਹਦੇ ਵਿੱਚ ਪੈਸੇ ਇਨਵੈਸਟ ਕਰਦੇ ਆ ਫਿਲਮਾਂ ਬਣਾਉਂਦੇ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਆ ਵੀ ਉਹ ਸੈਂਟਰਲ ਗਵਰਨਮੈਂਟ ਦੇ ਖਿਲਾਫ ਨਹੀਂ ਜਾ ਸਕਦੇ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਤਕਲੀਫ ਹੁੰਦੀ ਹੈ ਠੀਕ ਹੈ ਔਰ ਮੈਂ ਮੈਂ ਇੱਕ ਗੱਲ ਕਹੂੰਗੀ ਕਿਉਂਕਿ ਜਿਹੜੀ ਸਾਡੀ ਆਮ ਸੋਸਾਇਟੀ ਆ ਜਿਵੇਂ ਸਾਡੇ ਪੂਰੇ ਦੇਸ਼ ਦੇ ਵਿੱਚ ਜਾਂ ਸਾਡੀ ਸੋਸਾਇਟੀ ਦੇ ਵਿੱਚ ਜਿੱਥੇ ਜ਼ੁਰਮ ਵਧ ਰਿਹਾ ਹੋਵੇ ਤੇ ਮੈਨੂੰ ਲੱਗਦਾ ਹੈ ਕਿ ਆਮ ਲੋਕਾਂ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਆ ਠੀਕ ਹੈ ਇਹ ਨਹੀਂ ਕਹਿਣਾ ਚਾਹੀਦਾ ਨਹੀਂ ਜੀ ਤੁਸੀਂ ਹੋਂ ਜਿਵੇਂ ਗੱਲ ਕੀਤੀ ਸਿਆਸਤ ਸਿਆਸਤ ਨੂੰ ਇੱਕ ਹਵਾਨੀ ਬਣਾਉਣਾ ਚਾਹੀਦਾ ਠੀਕ ਹੈ ਸਿਆਸਤ ਧੀ ਲੋਕਾਂ ਨੂੰ ਠੀਕ ਕਰਦੀ ਹੈ ਠੀਕ ਹੈ ਆਪਣੇ ਲੋਕੀ ਕੀ ਕਹਿ ਦਿੰਦੇ ਨੇ ਨਹੀਂ ਜੀ ਸਾਡਾ ਬਿਜ਼ਨਸ ਅਫੈਕਟ ਹੋਊਗਾ ਨਹੀਂ ਜੀ ਸਾਨੂੰ ਈਡੀ ਦਾ ਰੇਟ ਹੋ ਜਾਊਗਾ ਨਹੀਂ ਜੀ ਆ ਸਾਰਾ ਕੁਝ ਹੋ ਜਾਊਗਾ ਜੇ ਤੁਸੀਂ ਸੋਚੋ ਜੰਗਲ ਦੇ ਵਿੱਚ ਵੀ ਕਿੰਨੇ ਸਾਰੇ ਜਾਨਵਰ ਜਿਹੜੇ ਹੁੰਦੇ ਆ ਆਪਾਂ ਲੋਕਾਂ ਨੂੰ ਹੀ ਲੈ ਲਏ ਹੈ ਇੱਕ ਸ਼ੇਰ ਇੱਕ ਵਿਚਾਰੇ ਜੀ ਚੀਤੇ ਨੂੰ ਫੜ ਕੇ ਲੈ ਜਾਂਦਾ ਜੇ ਕਿੰਨੇ ਸਾਰੇ ਚੀਤੇ ਹੋਰ ਉਹ ਸ਼ੇਰ ਦੇ ਉੱਤੇ ਹਮਲਾ ਕਰਨ ਜਿਵੇਂ ਅੱਜ ਮੋਦੀ ਦੇ ਉੱਤੇ ਤੇ ਆਪਾਂ ਬਚਾ ਸਕਦੇ ਹਾਂ ਨਾ ਉਹਨੂੰ ਜੇ ਆਪਾਂ ਸੈਲਫਿਸ਼ ਨਾ ਹੋਈਏ ਮਗਰ ਫਿਲਮ ਇੰਡਸਟਰੀ ਕਿਸੇ ਨੇ ਅਝਾਤ ਨਹੀਂ ਕਿ ਫਿਲਮ ਦੀ ਪਹਿਲਾ ਆਫਰ ਦਿੱਤੀ ਹੋਵੇ ਬਾਅਦ ਵਿੱਚ ਮਨਾ ਕਰ ਦਿੱਤਾ ਦੇਖੋ ਮੇਰੀ ਗੱਲ ਸੁਣੋ ਇੰਡਸਟਰੀ ਇਹ ਇਹ ਕੋਈ ਗੱਲਾਂ ਝੂਬੀਆਂ ਨਹੀਂ ਰਹਿੰਦੀਆਂ ਇੰਡਸਟਰੀ ਦੇ ਵਿੱਚੋਂ ਤੁਹਾਨੂੰ ਕੰਮ ਅਫੈਕਟ ਹੁੰਦਾ ਆ ਠੀਕ ਆ ਇੰਡਸਟਰੀ ਜੋ ਕੰਮ ਅਫੈਕਟ ਹੁੰਦਾ ਆ ਤੁਹਾਡੀ ਪਰਸਨਲ ਲਾਈਫ ਅਫੈਕਟ ਹੁੰਦੀ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਕੋਈ ਸੌਖਾ ਨਹੀਂ ਹੁੰਦਾ ਤੁਹਾਡੇ ਕੈਮਰੇ ਦੇਤੇ ਸਾਰਾ ਕੁਝ ਬੋਲਣਾ ਇਹ ਕਿਤੇ ਨਾ ਕਿਤੇ ਬੈਕ ਆਫ ਤੇ ਕਿਤੇ ਨਾ ਕਿਤੇ ਬਹੁਤ ਸਾਰੀਆਂ ਗੱਲਾਂ ਦਾ ਤੁਹਾਡੇ ਉੱਤੇ ਪ੍ਰੈਸ਼ਰ ਹੁੰਦਾ ਆ ਠੀਕ ਆ ਬਟ ਮੈਂ 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 ਕੋਈ ਬਲੈਕ ਨਹੀਂ ਕਰਦੀ ਠੀਕ ਆ ਨਾ ਮੇਰੇ ਕੋ ਨਜਾਇਜ਼ ਕੋਈ ਚੀਜ਼ ਐ ਇਸ ਕਰਕੇ ਮੈਂ ਨਾ ਫਰੰਟ ਬੋਲਦੀ ਨਾ ਮੈਂ ਕਿਸੇ ਦੇ ਪੈਸੇ ਦੇਣੇ ਆ ਰਾਈਟ ਇਹ ਗੱਲ ਐ ਵੀ ਬੰਦਾ ਉਹ ਹੀ ਸਿੱਧਾ ਮੂੰਹ ਦੇ ਉੱਤੇ ਬੋਲ ਸਕਦਾ ਜਿਹੜਾ ਕਾਣਾ ਨਾ ਹੋਵੇ ਠੀਕ ਐ ਜਿਹੜੇ ਬੰਦੇ ਦੇ ਵਿੱਚ ਕੋਈ ਨਾ ਕਿਹੇ ਗੱਲ ਦੇ ਕੋਈ ਨਾ ਕੋਈ ਹੋਊਗੀ ਜਿਹਨੂੰ ਡਰ ਹੋਊਗਾ ਠੀਕ ਐ ਉਹ ਪੰਗਾ ਨਹੀਂ ਲੈ ਸਕਦਾ ਇਹਨਾਂ ਦੇ ਨਾਲ ਕਿਉਂਕਿ ਇਹ ਲੋਕੀ ਤੁਹਾਨੂੰ ਲੱਗਦਾ ਕਿ ਇਹਨੂੰ ਬਖਸ਼ਣਗੇ ਇਹ ਤੇ ਕਿਸੇ ਨੂੰ ਨਹੀਂ ਬਖਸ਼ਦੇ ਸ਼ੁਕਰਨ ਦੀ ਮੌਤ ਹੋ ਜਾਂਦੀ ਹੈ ਸੰਸਕਾਰ ਅਜੇ ਤੱਕ ਨਹੀਂ ਹੋ ਸਕਿਆ ਪੰਜਾਬ ਸਰਕਾਰ ਨੇ 1 ਕਰੋੜ ਰੁਪਇਆ ਦੇਣ ਦਾ ਐਲਾਨ ਕੀਤਾ ਭੈਣ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਮਦਰ ਉਹਨਾਂ ਦੇ ਸਾਹਮਣੇ ਆ ਰਹੇ ਹੋ ਕਹਿੰਦੇ ਕਿ ਸੰਸਕਾਰ ਕਰੋ ਫਾਦਰ ਤੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਪਹਿਲਾਂ ਹਰਿਆਣਾ ਪੁਲਿਸ ਤੇ ਪਰਚਾ ਦਰਜ ਕਰੋ ਫਿਰ ਸੰਸਕਾਰ ਹੋਏਗਾ ਵੇਖੋ ਸਹੀ ਇਹ ਗੱਲ ਸਹੀ ਹੈ ਜਿੱਤੇ ਕਿਸਾਨ ਜਥੇਬੰਦੀਆਂ ਨੇ ਸਹੀ ਕਿਹਾ ਉਹ ਮੈਂ ਸਹੀ ਕਹੂੰਗੀ ਵੀ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਆ ਕਿਉਂ ਕਿਸੇ ਦੇ ਜਵਾਨ ਮੁੰਡੇ ਨੂੰ ਮਾਰਤਾ ਗੋਲੀ ਮਾਰ ਕੇ ਕੋਈ ਐਵੇਂ ਗੱਲ ਹੈ ਇਹ ਉਹਨਾਂ ਤੇ ਪ੍ਰੈਸ਼ਰ ਕ੍ਰੀਏਟ ਕਰਨਾ ਚਾਹੀਦਾ ਆ ਉਹਨਾਂ ਦੀ ਕਿਨੂੰ ਕਹਿੰਦੇ ਆ ਜਿਹੜੇ ਜਵਾਨ ਜਿਹੜੇ ਜਵਾਨ ਅੱਗੇ ਗੋਲੀਆਂ ਚਲਾਉਂਦੇ ਪਏ ਨੇ ਉਹਨਾਂ ਦੇ ਸਾਰਿਆਂ ਦੇ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਆ ਠੀਕ ਹੈ ਧੰਨਵਾਦ ਤਾਂ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬੀ ਇੰਡਸਟਰੀ ਕੀ ਸੋਚ ਰਹੀ ਹੈ ਔਰ ਕਿਸਾਨਾਂ ਨੂੰ ਇੱਕ ਹੋਣਾ ਚਾਹੀਦਾ ਇਹ ਸੋਨੀਆ ਮਾਨ న్యూਸ 80 ਨਾਲ ਗੱਲਬਾਤ ਕਰ ਰਹੀ ਸੀ ਔਰ ਜਿਹੜੀ ਜਾਟ ਮਹਾਸਭਾ ਵੈ ਉਸ ਤੋਂ ਅਸਤੀਫਾ ਦੇ ਰਹੇ ਨੇ ਕਹਿ ਰਹੇ ਨੇ ਕਿ ਜਿਹੜੇ ਕਿਸਾਨਾਂ ਨਾਲ ਨਹੀਂ ਖੜਦੇ ਉਹਨਾਂ ਨਾਲ ਮੈਂ ਕਿਉਂ ਖੜਾ ਆਪਣੇ ਸਹਿਯੋਗੀ ਰਜਿੰਦਰ ਦੇ ਨਾਲ ਪੰਕੀਪਾਏ ਨਿਊਜ਼ 80 ਚੰਡੀਗੜ੍ਹ